ਤੇਰਾ ਕੋਈ ਸੁੱਖ ਨੀ ਸਹਾਰਾ ਨੀ, ਤੂੰ ਕੀ ਕਰਨਾ ਹੈ? ਤੂੰ ਤਾਂ ਮੇਰੇ ਮੂਹਰੇ ਖੜ ਗਿਆ ਇੱਥੇ ਰਸਤਾ ਰੋਕ ਕੇ।
ਉਹ ਦੱਸ ਕੰਮ ਦੱਸ ਮੈਨੂੰ ਉਹ ਡੀਸੀ ਜੀ ਨਹੀਂ ਪਹੁੰਚਾ ਯਾਰਾਂ ਦੀ ਪਿੰਡ ਚ ਹੋਰ ਡੀਸੀ ਤੂੰ ਤਾਂ ਇਹ ਵੀ ਨਹੀਂ ਸੋਚਿਆ ਵੀ ਨਾ ਇੰਨੇ ਚਿਰ ਤੋਂ ਇਕੱਠੇ ਰਹਿੰਦੇ ਸੀ ਵੀ ਕੋਈ ਕੰਮ ਕਾਰ ਤਾਂ ਕਰਾ ਦਾਂ ਮੇਰਾ ਤੂੰ ਮੇਰੇ ਕੋਲ ਆਈ ਤੇ ਹੈ ਨਹੀਂ ਮੈਂ ਕਰ ਦੂੰ ਕੰਮ ਤੂੰ ਦੱਸ ਸੀ ਲੈ ਮੇਰੀ ਗੱਲ ਸੁਣ ਮੈਂ ਸਰਪੰਚ ਲੈ ਬਾਗੀ ਮੜੇ ਸਾਇਨੇ ਕਰਾਉਣੇ ਸੀ ਕਿ ਜ਼ੋਰ ਲੱਗਦਾ ਸਦਾ ਜੇ ਮੜੀ ਠੁੰਗ ਮਾਰ ਦਿੰਦਾ ਉਹ ਠੁੰਗ ਮਾਰਦਾ ਕੀ ਗੱਲ ਕੀ ਹੈ ਗੱਲ ਕੀ ਹੈ ਸੁਣੀਆ ਫਿਰ ਸਣ ਪਰ ਸਣ ਕਿ ਮੈਂ ਵਿਧਵਾ ਹੈਗੀ ਨਹੋਰ ਹੋਰ ਕੀ ਬਣਾਉਣਾ ਬੇਵਨ ਮੇਰੀ ਗੱਲ ਸੁਣਾ ਆ ਦੇ ਰਾਇਦਾ ਨੂੰ ਉੱਤੇ 25 ਸਾਲ ਹੋ ਗਏ ਚੱਲ ਚਾਹੇ ਘੱਟ ਹੋ ਗਏ ਵੱਧ ਹੋ ਗਏ ਉਹਦਾ ਕੀ ਜ਼ੋਰ ਲੱਗਦਾ ਸੀ ਜੇ ਮੇਰਾ ਕੰਮ ਬਣਦਾ ਸੀਗਾ ਝੂਠ ਕਿਉਂ ਮਾਰਦੇ ਰਹਿੰਦੇ 5 ਸਾਲ ਹੋਏ ਚੱਲ ਚਾਹੇ ਰਹਿੰਦੀ ਐ ਤੇ ਇੱਥੋਂ ਕੰਮ ਹੁੰਦਾ ਤੂੰ ਕਰ ਦੇ ਓਏ ਇਹ ਖੱਬੇ ਹੱਥ ਦਾ ਕੰਮ ਐ ਕੋਈ ਨਾ ਇਹ ਤਾਂ ਮੈਂ ਤੇਰਾ ਕਰਾ ਦੂੰਗੀ ਇਹਦਾ ਕੋਈ ਟੈਨਸ਼ਨ ਨਾ ਹੋਰ ਚਾਹ ਪੀਏਂਗੀ ਫਿਰ ਪਾਜੀ ਤੱਕ ਦੇਖ ਲੈ ਤੂੰ ਤਾਂ ਸਾਰਾ ਦਿਨ ਮਜ਼ਾਕ ਕਰਦਾ ਰਹਿਣਾ ਤੈਨੂੰ ਤਾਂ ਮਜ਼ਾਕਾਂ ਤਾਂ ਗੱਲਾਂ ਨੇ ਗੀਆਂ ਉਹ ਚਾਹ ਪੁੱਟ ਕੇ ਤੇ ਮੈਂ ਕਰਾਉਣੀ ਪੀਂਦਾ ਤੇਰੇ ਕੋਲ ਪੀਣ ਆਉਣਾ ਚਾਹ ਦੇ ਸਪੈਸ਼ਲ ਮੈਂ ਬੜੀ ਟੇਸਟੀ ਬਣਾਉਣੀ ਨੂੰ ਵਧੀਆ ਬਣਾਉਣੀ ਨਾ ਭਾਈ ਸਰ ਤਾਂ ਚਾਹ ਗੁੜ ਨਹੀਂ ਹੈਗਾ ਅਸੀਂ ਕਿੱਥੇ ਪਿਆ ਦਈਏ ਤੈਨੂੰ ਚਾਹ ਉਹ ਚੱਲ ਮੈਂ ਆਪ ਦਾ ਲਿਆਉਂ ਗੁੜ ਚਾਹ ਵੀ ਚੱਲ ਤੂੰ ਚਾਹ ਬਣਾ ਦੇ ਮੈਂ ਚੱਲੇ ਨੇ ਸਿਰ ਕੋਈ ਨਾ ਅਸਲ ਮੈਂ ਤਾਂ ਮਜ਼ਾਕ ਕਰ ਰਹੀ ਤੈਨੂੰ ਕੋਈ ਨਾ ਚਾਹ ਦੀ ਕੀ ਗੱਲ ਹੈ ਤੈਨੂੰ ਦੁੱਧ ਚ ਪੱਤੀ ਪਾ ਦਾਂਗੇ ਐਡੀ ਕੀ ਗੱਲ ਹੈ ਚੱਲ ਇਹਦਾ ਕੰਮ ਕਰਾ ਠੀਕ ਹੈ ਇਹਦਾ ਮੈਂ ਤੇਰਾ ਕੰਮ ਕਰਾ ਮੈਂ ਆ ਗਿਆ ਚੱਲ ਠੀਕ ਆ ਚੰਗਾ ਫਿਰ 5 ਮਿੰਟਾਂ ਚ ਹੀ ਆ ਗਿਆ ਤੇਰੇ ਕੋਲ ਚੱਲ ਵਧੀਆ ਰਿਹਾ ਕੰਮ ਕਰਾ ਦੂੰਗਾ ਕੰਮ ਬਣ ਗਿਆ ਉਹ ਸਤਿ ਸ੍ਰੀ ਅਕਾਲ ਸਰਪੰਚ ਆ ਕਿਵੇਂ ਆ ਉਹ ਕਿਵੇਂ ਆ ਠੀਕ ਹੈ ਬਸ ਵਧੀਆ ਹੋ ਤੂੰ ਦੱਸ ਆਦਾ ਉਹ ਵਧੀਆ ਇੱਕ ਕੰਮ ਜਾ ਜੀ ਛੋਟਾ ਜਾ ਉਹ ਤੇਰੇ ਖੱਬੇ ਹੱਥ ਦਾ ਕੰਮ ਆ ਇਹਦੇ ਕਰ ਦਿਆਂਗੇ ਫਿਰ ਕੰਮ ਕਰ ਆਪਾਂ ਇੱਥੇ ਭੁੱਗੀ ਮਾਰ ਮੜੀ ਜੀ ਕੀ ਆ ਉਹ ਭੁੱਗੀ ਮਾਰਨੀ ਆ ਹੋਰ ਕੀ ਆ ਅੱਛਾ ਹੁਣ ਤੈਨੂੰ ਭੇਜਤਾ ਉਹਨੇ ਉਹ ਪਹਿਲਾਂ ਆ ਪਾ ਕੇ ਗਈ ਆ ਉਹ ਕੋਈ ਨਹੀਂ ਫੇਰ ਕੀ ਹੋਊਗਾ ਯਾਰ ਪਿੰਡ ਦੇ ਬੰਦੇ ਦਾ ਬੰਦਾ ਕੰਮ ਆਉਂਦਾ ਹੁੰਦਾ ਪਿੰਡ ਦਾ ਆਉਂਦਾ ਹੁੰਦਾ ਪੰਜਾਬੀ ਦੇ ਕੰਮ ਆਉਂਦਾ ਹੁੰਦਾ ਉਵੇਂ ਗਵਾਂਢੀ ਦੇ ਕੰਮ ਆਉਂਦਾ ਉਵੇਂ ਤੇਰਾ ਕੰਮ ਤੂੰ ਕਰਦੇ ਸੈਂਡ ਕਰ ਸਕਦਾ ਉਸ ਸੈਂਡ ਤਾਂ ਮੈਂ ਕਰ ਦੂੰਗਾ ਤੂੰ ਐਂ ਦੱਸ ਜੇ ਪੁਲਿਸ ਵਾਲੇ ਲੈ ਕੇ ਜਾਣਗੇ ਮੇਰੀ ਥਾਂ ਤੇ ਵਗ ਜਾਏਗਾ ਕਿੱਥੇ ਜੇਲ ਜਾਣਾ ਪਊਗਾ ਕਿੱਥੇ ਜੇਲ ਕੌਣ ਜਾਊਗਾ ਹੋਰ ਕੌਣ ਜਾਊ ਮੈਨੂੰ ਜਾਣਾ ਪਊ ਜੇ ਗਲਤ ਕੰਮ ਕਰੂ ਤੂੰ ਜਾਏਗਾ ਫਿਰ ਉਹ ਨਹੀਂ ਇੰਨੀ ਪੁਲਿਸ ਤੇਰੀ ਇੰਨੀ ਪਹੁੰਚ ਆ ਪਿੰਡ ਚ ਬਾਈ ਪਹੁੰਚ ਤੇਰੀ ਉਹ ਡੀਐਸਪੀ ਤੈਨੂੰ ਸਲੂਟ ਮਾਰਦਾ ਤੇ ਇੰਨੇ ਆਰਡਰ ਇੰਨੇ ਨਹੀਂ ਹੁੰਦਾ ਤੂੰ ਸੈਨ ਕਰ ਇੱਥੇ ਉਹ ਜਿਹੜੇ ਸਲੂਟ ਵਜਦੇ ਆ ਨਾ ਜੇ ਚੰਗੇ ਕੰਮ ਕਰਦਾ ਫੇਰ ਹੀ ਵਜਦੇ ਆ ਜਦੋਂ ਇਹੋ ਜਿਹੇ ਕੰਮ ਕਰਨ ਲੱਗ ਗਿਆ ਨਾ ਸਲੂਟ ਤਾਂ ਕੀ ਤੇ ਤੈਨੂੰ ਪਤਾ ਹੀ ਆ ਫਿਰ ਉਸ ਤੋਂ ਬਾਅਦ ਗਲਤ ਕੰਮ ਦੇ ਨਤੀਜੇ ਕੀ ਹੁੰਦੇ ਆ ਉਹ ਤੂੰ ਸੈਨ ਕਰਨੇ ਨਹੀਂ ਆ ਨਾ ਦੇਖ ਲੈ ਸਰਪੰਚਾ ਮੈਂ ਤੈਨੂੰ ਹੁਣ ਤਾਂ ਤੂੰ ਇੰਨਾ ਸ਼ੁਕਰ ਕਰ ਆ ਮੈਂ ਤੈਨੂੰ ਮਰੋੜ ਕੇ ਹੱਥ 'ਚ ਫੜਾਤੇ ਜੇ ਹੋਰ ਹੁੰਦਾ ਨਾ ਉਹ ਰਹਿਣ ਦੇ 50 ਰੁਪਏ ਗਰੀਬਰੀ ਦੇ ਕਿਉਂ ਹੋਰ ਲਵਾਏਗਾ ਤੂੰ ਉਹ ਗੱਲ ਦੇ ਸਰਪੰਚਾ ਹੁੰਦੇ ਨਹੀਂ ਜੇ ਹੁੰਦੇ ਹੁੰਦੇ ਜਮਾ ਕਰ ਦਿੰਦਾ ਉਹ ਸਰਪੰਚ ਦਾ ਗੱਲ ਸੁਣ ਲੈ ਮੈਂ ਤੈਨੂੰ ਪਿਆਰ ਨਾ ਕਹੀ ਨਾ ਤੂੰ ਉੱਤੇ ਉੱਤੇ ਚੜੀ ਜਾਂਦਾ ਉਹ ਤੈਨੂੰ ਸਾਇਨ ਕਰਨ ਨੂੰ ਕਿਹਾ ਯਾਰ ਪਿੰਡ ਦਾ ਬੰਦਾ ਹੋ ਕੇ ਤੂੰ ਸਰਪੰਚ ਹੋ ਕੇ ਤੂੰ ਸਾਇਨ ਨਹੀਂ ਕਰਦਾ ਉਹ ਮੈਂ ਦੇ ਲਾ ਧਰਨਾ ਲਾ ਲੈਣਾ ਕਿਸਾਨ ਜੁਨੀਆ ਆ ਗਈ ਇੱਥੇ ਫਿਰ ਮੁੜ ਕੇ ਕਹੇਗਾ ਚੰਨੀ ਤੂੰ ਗਲਤ ਕੀਤਾ ਨਾਲੇ 2 ਮਹੀਨੇ ਰਹਿ ਗਏ ਵੋਟਾਂ 'ਚ ਮੈਂ ਬਰਾਬਰ ਖੜਾ ਹੋ ਜਾਊਂਗਾ ਫੇਰ ਨਾ ਕਹੀ ਚੰਨੀ ਸਰਪੰਚ ਬਣ ਗਿਆ ਨਾਲ ਤੂੰ ਮੁੜ ਕੇ ਮੇਰੇ ਕੋਲ ਆਇਆ ਕਰੇਂਗਾ ਸਾਇਨ ਕਰਾਂ ਮੈਂ ਜਵਾਂ ਨਹੀਂ ਕਰਨੇ ਨੱਕ ਨਾਲ ਕੀ ਨਾ ਕਢਵਾਇਆ ਦੂੰ ਤੇਰੀਆਂ ਮੈਂ ਸਾਰਾ ਗੱਲ ਤੇ ਮੈਂ ਸੁਣੀ ਜਾਣਾ ਹਾਂ ਹਲੋ ਹਲੋ ਜਾਲੀ ਚੁਲੀ ਕੋਈ ਕੰਮ ਨੀ ਮੈਂ ਸਾਰੇ ਮੈਨੂੰ ਪਤਾ ਤੇਰੀ ਉੱਥੇ ਸਿਰਫ ਕਿਹੜੀ ਟੋਬੇ ਵਾਲੀ ਕੰਧ ਕੱਢੀ ਹੈ ਨਾ ਮੈਨੂੰ ਪਤਾ ਤੂੰ ਕਿੰਨਾ ਪੈਸਾ ਖਾਦਾ ਸਾਰਾ ਮੈਨੂੰ ਪਤਾ ਸਰਪੰਚਾ ਗਲਤ ਕੀਤਾ ਮੈਨੂੰ 50 ਰੁਪਏ ਦੇ ਵੀ ਮੈਂ ਫੇਰ ਜਾਊਂਗਾ ਨੀ ਧਰਨਾ ਲਾਊਂਗਾ ਤੂੰ ਦੱਸ ਧਰਨਾ ਲਾਏਗਾ ਜਾਣਾ ਕਿ ਜਾਂਦਾ ਨਹੀਂ ਮੈਂ 50 ਰੁਪਏ ਦੇ ਯਾਰ ਸੱਚੀ ਗੱਲ ਆ ਆ ਪਾਰਦਾ ਤੂੰ ਉਹ ਤਿਆਰ ਕੀਤਾ ਗਰੀਬਣੀ ਮੇਰੇ ਕੋਲ 50 ਰੁਪਏ ਜਾਏਗਾ ਹਾਂ 50 ਲੈ ਕੇ ਜਾਊਂਗਾ ਨਹੀਂ ਨਾ ਉਹ ਭਈ ਓਏ ਮੈਂ ਕਮਿਆ ਤੇ ਹੱਥ ਨੂੰ ਲੰਡੂ ਲੱਗ ਕੇ ਪੀਣੀਆਂ ਨੇ ਮਗਰ ਚੰਨ ਤੇ ਇੱਥੇ ਆ ਜਾਂਦੇ ਨਾ ਹੀ ਇਹੋ ਜਿਹਾ ਕੰਮ ਕਰਨੇ ਨੇ ਅੱਜ ਤੱਕ ਪਿੰਡ 'ਚ ਕਰਿਆ ਨਹੀਂ ਕਰੇ ਜਿੰਨਾ ਜਿੱਕ ਕੰਮ ਕਰਨਾ ਇੱਜ਼ਤ ਨਾ ਕਰਨਾ ਤੇ ਇੱਜ਼ਤ ਨਹੀਂ ਕਰੂੰਗਾ ਪੰਚੀ ਰਹੇ ਤੇ ਨਾਲ ਹੈ ਪਰ ਆ ਗਲਤ ਕੰਮ ਨਹੀਂ ਮੈਂ ਕਰਦਾ ਕਿਸਨੇ ਭੇਜਤਾ ਉਸ ਮਾਰਿਆ ਉਹ ਭਾਂਪੋ ਦੇ ਕੋਲ ਜਾ ਦੱਸ ਜਦੋਂ ਮੈਂ ਪਹਿਲਾਂ ਤੋਂ ਸਾਇਨ ਨਹੀਂ ਕਰੇ ਦੱਸ ਮੈਂ ਦੁਬਾਰੇ ਕਿਵੇਂ ਕਰ ਦੂੰਗਾ ਇਹਦੇ ਤਾਂ ਹੱਦ ਹੀ ਲਹੀ ਪਈ ਧਰਨਾ ਲਾਓ ਉਹ ਵੀ ਸਰਪੰਚ ਦੇ ਬਾਅਦ 'ਚ ਬਹੁਤ ਮਰ ਗਏ ਸੀ ਧਰਨਾ ਲਾਉਣ ਵਾਲੇ ਮੇਰੇ ਸਾਲੇ ਸਰਪੰਚ ਸਾਲਿਆ ਜੇ ਨਹੀਂ ਕਰਨੇ ਸਾਇਨ ਤੇ ਆਦ ਨਾ ਪੜਦਾ ਹੁਣ 50 ਰੁਪਏ ਜਮ੍ਹਾਂ ਪੈ ਗਿਆ ਹੁਣ ਕੀ ਕਰੀਏ ਕੋਈ ਲਾਉਣੀ ਪਊ ਸਕੀਮ ਚੰਨੀ ਨਹੀਂ 50 ਰੁਪਏ ਤੇਰੇ ਕੋਲ ਤਾਂ ਹੈ ਨਹੀਂ ਸਰਪੰਚੀ ਹੁਣ ਜਿੰਦਾ ਖਾਲੀ ਹੈ ਉਹਨੂੰ ਸੁੱਟੇ ਆ ਇੱਥੇ ਕੋਈ ਨਾ ਲਾ ਲੂੰ ਮੈਂ ਨਵੀਂ ਸਕੀਮ ਉਹਦੇ ਕੋਲ ਚੱਲ ਕੇ ਜੀ ਪਹਿਲਾਂ ਮਿੱਟੀਆਂ ਮਿੱਟੀਆਂ ਗੱਲਾਂ ਮਾਰ ਕੇ ਜੀ
ਲੈ ਚਾਹ ਕੰਮ ਤਾਂ ਨਿਬੜ ਗਏ ਉਹ ਚੱਲ ਵਧੀਆ ਫਾਰਮ ਲਾਏ ਤਾਂ ਗਿਆ ਇੰਨਾ ਕੁ ਸਰਪੰਚ ਤੋਂ ਕੰਮ ਕਰਾ ਕੇ ਥੱਲੇ ਆਊਗਾ ਵਧੀਆ ਚੱਲ ਇੰਨਾ ਕੁ ਤਾਂ ਕੰਮ ਆਇਆ ਮੈਂ ਤੈਨੂੰ ਉਹੀ ਸਮਝਦੀ ਸੀ ਵੀ ਤੂੰ ਉਹੀ ਤੁਰਿਆ ਫਿਰਦਾ ਕਿਤੇ ਚੱਲ ਦੋ ਮਿੰਟ ਆਰਾਮ ਕਰਦੀ ਹਾਂ ਮੈਂ ਤਾਂ ਫਿਰ ਹੋਰ ਕੀ ਹੈਗਾ ਇੰਨੇ ਚੱਲ ਦੇਖ ਹਾਂ ਓਹੋ ਕਿਵੇਂ ਆ ਠੀਕ ਆ ਬਣਾ ਲਈ ਚਾਹ ਫਿਰ ਚਾਹ ਕਿੱਥੋਂ ਬਣਾ ਲਾਂਦੀ ਚਾਹ ਗੁੜ ਤਾਂ ਹੈ ਨਹੀਂ ਸੀਗਾ ਚਾਹ ਗੁੜ ਵੀ ਹੈ ਨਹੀਂ ਚੱਲ ਚੱਲ ਠੀਕ ਹੈ ਮੈਂ ਚਾਹ ਗੁੜ ਦਾ ਕਰਦਾ ਇੰਤਜ਼ਾਮ ਫਿਰ ਤੇ ਚੱਲ ਤੂੰ ਹੋਰ ਤਾਂ ਛੱਡ ਤੂੰ ਐਂ ਦੱਸ ਪਹਿਲਾਂ ਤੇ ਉਹ ਮੇਰਾ ਕੰਮ ਕਰਤਾ ਫਾਰਮ ਵਾਲਾ ਫਾਰਮ ਤੇਰਾ ਤੇ ਉਹ ਪਾੜਤਾ ਹਾਂ ਉਹ ਨਹੀਂ ਨਹੀਂ ਸਾਂਤਾ ਸਰਪੰਚ ਨੇ ਉਹ ਸਰਪੰਚ ਨੇ ਨਾ थोड़ा सहन जे कर दिया घुगी मार दे तेरा बड़ा गलत काम है जो तू नहीं काम सी तू मेनू फोन ला आंदा मैं तेरे घरी आ जांदा आ तेरा गलत गल आ तू मेरे घर चल के आया ओ चल कोई गल नहीं इन्ने नाल ਤੋਰਾ ਪੇਰਾ ਹੋ ਜਾਂਦਾ ਮੈਂ ਤਾਂ ਕਰਕੇ ਆ ਗਿਆ ਨਾਲੇ ਮਿਲਦੇ ਜੁਲਦੇ ਰਹਿੰਦਾ ਬੋਲ ਇਹ ਜੇ ਕੰਮਾਂ ਦਾ ਕੀ ਤੈਨੂੰ ਪਤਾ ਆਪਾਂ 2 ਮਿੰਟਾਂ ਦੇ ਕਰ ਲੈਂਦੇ ਪਰ ਮੈਨੂੰ ਚੰਗਾ ਨਹੀਂ ਲੱਗਿਆ ਤੂੰ ਮੇਰੇ ਘਰੇ ਆਇਆ ਤੂੰ ਮੈਨੂੰ ਫੋਨ ਲਾਉਂਦਾ ਮੈਂ 2 ਮਿੰਟਾਂ ਤੇਰੇ ਕੋਲੇ ਆ ਜਾਂਦਾ ਚਲ ਕੋਈ ਗੱਲ ਨਹੀਂ ਹੁਣ ਫੇਰ ਕੀ ਹੋ ਗਿਆ ਆਪਾਂ ਯਾਰ ਦੋਸਤ ਹੈਗੇ ਆ ਗੁੱਡ ਜਾ ਰਹਾ ਹਾਂ ਲਾਫੀ ਸੈਂਡ ਕਰ ਮੈਨੂੰ ਪਤਾ ਨਾ ਥੋੜਾ ਜਿਹਾ ਤੂੰ ਤੇਰੀ ਪਹੁੰਚ ਬਾਰੀ ਆ ਗਈ ਹਾਂ ਇਹ ਤਾਂ ਹੈ ਬਹੁਤ ਵਾਲੀ ਹੈ ਚੰਗੇ ਚੰਗੇ ਬੰਦੇ ਨੇ ਰਹਿਣਾ ਆ ਬਾਈ ਫੇਰ ਹੁਣ ਜੇ ਤੂੰ ਮੇਰੇ ਘਰੇ ਆਇਆ ਕਿਸੇ ਨੇ ਦੇਖ ਲਿਆ ਅਗਲਾ ਕਹਿੰਦਾ ਉਹ ਚੱਲ ਕੇ ਗਿਆ ਕਰੇ ਆ ਗੱਲ ਜੀ ਨਹੀਂ ਬਣਨੀ ਫੇਰ ਕਿਤੇ ਮੈਂ ਜਾਂਦਾ ਅਗਲਾ ਕਹਿੰਦਾ ਦੇਖੋ ਸਰਪੰਚ ਉਹਦੇ ਘਰੇ ਤੁਰ ਪਿਆ ਤੇਰੀ ਕਿੰਨੀ ਇੱਜ਼ਤ ਬਣਦੀ ਬਣਦੀ ਨਾ ਬਣਦੀ ਉਹ ਗੱਲਾਂ ਸੋਚੀ ਦੀਆਂ ਹੁੰਦੀਆਂ ਗਈਆਂ ਚਲਾ ਕੋਈ ਗੱਲ ਚਲੋ ਹੁਣ ਵੀ ਆ ਸੈਂਡ ਕਰ ਦੇ ਮੈਂ ਤੇਰੇ ਘਰੇ ਕਰਕੇ ਹੂੰ ਗੱਲ ਜੀ ਨਹੀਂ ਬਣਦੀ ਮੰਨੀ ਦੀ ਹੁੰਦੀ ਮੈਂ ਸਾਰਾ ਕੁਝ ਉੱਥੇ ਲਿਆ ਉਹਨਾਂ ਨੇ ਮੋਰ ਮੋਰ ਤੈਨੂੰ ਪਤਾ ਆਪਣੇ ਹੁਣ ਇੱਕ ਦੋ ਦਿਨ ਬਾਅਦ ਸਾਰਾ ਕੁਝ ਵਧੀਆ ਐ ਬਣਾ ਕੇ ਵਧੀਆ ਕੰਮ ਕਰਕੇ ਵਧੀਆ ਚਲ ਫਿਰ ਤੂੰ ਆ ਰੱਖ ਹੀ ਲੈ ਫਿਰ ਕਾਇ ਪੱਤਰ ਐ ਕਰ ਫਿਰ ਤੂੰ ਸਾਈਨ ਕਰਕੇ ਭੇਜ ਹਾਂ ਸਾਈਨ ਕਰਕੇ ਘਰੇ ਮੈਂ ਤੈਨੂੰ ਵਧੀਆ ਫੜਾ ਕੇ ਆਉਂਗਾ ਠੀਕ ਹੈ ਠੀਕ ਹੈ ਠੀਕ ਹੈ ਚਲ ਠੀਕ ਹੈ ਹਾਂ ਠੀਕ ਠੀਕ ਤੂੰ ਤਾਂ ਠੀਕ ਹੈ ਤੈਨੂੰ ਛੱਡੇ ਹੋਣੇ ਨਾ ਨਾ ਬਗਜ ਬਗਜ ਚਲ ਠੀਕ ਹੈ ਵਧੀਆ ਚਲ ਐ ਕੀਤੀ ਮੇਰੀ ਸੇਵਾ ਸਰਪੰਚ ਨੇ ਬੋਲਣਾ ਨਾ ਮੈਨੂੰ ਤਾਂ ਲੱਗਦਾ ਹੀ ਨਹੀਂ ਸੀ ਵੀ ਤੇਰੀ ਇੰਨੀ ਚੱਲਦੀ ਆ ਜੇ ਮੈਨੂੰ ਐ ਪਤਾ ਹੁੰਦਾ ਮੈਂ ਤੈਨੂੰ ਉਦੀ ਤੇਰਾ ਨਾਮ ਲੈ ਆਂਦੀ ਉੱਥੇ ਸਰਪੰਚ ਲੈਵੇ ਲੈ ਤੇ ਹੋਰ ਤੂੰ ਤਾਂ ਬੜੀ ਵੱਡੀ ਗਲਤੀ ਕੀਤੀ ਅੱਜ ਕੋਈ ਕੰਮ ਹੋਏ ਨਾ ਮੈਨੂੰ ਯਾਦ ਕਰਿਆ ਕਰ ਮੈਂ ਤੇਰੇ 24 ਘੰਟੇ ਹਾਜ਼ਰ ਆ ਤੇਰੇ ਕੋਲ ਮੇਰੇ ਪੰਪ ਨਾ ਦੇ ਮੇਰੀ ਗੱਲ ਸੁਣ ਤੂੰ ਹੋਰ ਤਾਂ ਛੱਡ ਮੈਂ ਤੈਨੂੰ ਐ ਕਹਿੰਦੀ ਸੀ ਫਿਰ ਤੂੰ ਐਤਕੀ ਸਰਪੰਚੀ ਚ ਖੜਾ ਹੋ ਜਾ ਉਹ ਸਰਪੰਚੀ ਤੇ ਖੜਾ ਹੋ ਜਾ ਕੋਈ ਵੋਟ ਵੀ ਪਾਵੇ ਲਾ ਕੋਈ ਨਾ ਹੈਗੇ ਆ ਇੱਕ ਵੋਟ ਤਾਂ ਮੇਰੀ ਹੈਗੀ ਹੈਗੀ ਫਿਰ ਇੱਕ ਵੋਟ ਨਾ ਥੋੜੀ ਜਿੱਤ ਤੂੰ ਜਾਏ ਕਰ ਮੇਰਾ ਸਾਥ ਦੇਂਗੀ ਫੁੱਲ ਤੇ ਫਿਰ ਮੈਂ ਖੜਾ ਹੋ ਜਾਣਾ ਲਾ ਕੋਈ ਨਾ ਤੇਰਾ ਸਾਥ ਦੇਵਾਂਗਾ ਤੈਨੂੰ ਤਾਂ ਹੀ ਤਾਂ ਕਿਹਾਗਾ ਵੀ ਤੂੰ ਸਰਪੰਚੀ ਚ ਖੜਾ ਹੋ ਜਾ ਸਰਪੰਚ ਹੋ ਜਾ ਖੜਾ ਤੂੰ ਕਹਤਾ ਤਾਂ ਮੈਂ ਹੋ ਗਿਆ ਖੜਾ ਤੇ ਇਹ ਗੱਲ ਸੁਣ ਲੈ ਹੁਣ ਤੇਰੀ ਜ਼ਿੰਮੇਵਾਰੀ ਆ ਵੀ ਸਾਰੀਆਂ ਬੁੜੀਆਂ ਦਾ ਆਂਟੇ ਗਵਾਂਡੇ ਤੇ ਵੋਟਾਂ ਮੈਨੂੰ ਪਾਉਣੀਆਂ ਕੋਈ ਨਾ ਮੈਂ ਪਵਾ ਦੂੰਗੀ ਤੂੰ ਤਾਂ ਮੇਰੇ ਤੇ ਛੱਡ ਦੇ ਜੇ ਮੈਂ ਤੇਰਾ ਇਹ ਸਾਥ ਨਹੀਂ ਦੇਵਾਂਗੀ ਫਿਰ ਹੋਰ ਤੇਰਾ ਸਾਥ ਕਿੱਥੇ ਦੇਵਾਂਗੀ ਹਾਂ ਉਹ ਦੇ ਲੈ ਕਿਤੇ ਹੁਣ ਤੈਨੂੰ ਮੇਰੇ ਲੋੜ ਪਈ ਕਿਤੇ ਤੂੰ ਸਿੱਧਾ ਕੰਮ ਕਰਿਆ ਕਰੀ ਸਿੱਧੀ ਆਇਆ ਕਰੀ ਵੀ ਆਹ ਸਾਈਨ ਕਰਨਾ ਮੋਦੀ ਕਹਿ ਕਰੋ ਪੈਨ ਕੱਢਿਆ ਕਰੋ ਕੁਝ ਨਾਲੀ ਮੋਰ ਚੱਕ ਤੂੰ ਮੇਰਾ ਉਹ ਕੰਮ ਕਰਾਇਆ ਮੈਂ ਤੈਨੂੰ ਤਾਂ ਕਿਹਾਗਾ ਵੀ ਮੈਂ ਤੇਰੀ ਸਪੋਰਟ ਦੇਵਾਂਗੀ ਜੇ ਤੂੰ ਮੇਰਾ ਫਾਰਮ ਵਾਲਾ ਕੰਮ ਨਾ ਕਰਾਉਂਦਾ ਨਾ ਮੈਂ ਤੈਨੂੰ ਖੜਨ ਵੀ ਦਿੰਦੀ ਸੀ ਨਾ ਮੈਂ ਤੈਨੂੰ ਬੁਲਾਉਂਦੀ ਸੀ ਫਿਰ ਤੇਰੇ ਮੈਂ ਸਾਰੇ ਕੰਮ ਕਰਿਆ ਕਰੂੰ ਤੂੰ ਟੈਨਸ਼ਨ ਨਾ ਲੈ ਤੇ ਗੁਰਚਾ ਹੈਗਾ ਗੁਰਚਾ ਕਿੱਥੇ ਆਗਾ ਜੇ ਗੁਰਚਾ ਹੁੰਦਾ ਫਿਰ ਹੁਣ ਮੈਂ ਤੈਨੂੰ ਚਾਹ ਨਾ ਬਣਾ ਕੇ ਲਿਆਂਦੀ ਚੱਲ ਕੋਈ ਗੱਲ ਨਹੀਂ ਮੈਂ ਲਿਆਉਣਾ ਗੁਰਚਾ ਉਹ ਵੀ ਤੇ ਹੋਰ ਕੋਈ ਚੀਜ਼ ਦੀ ਦੱਸ ਦੇ ਮੈਂ ਸਾਰਾ ਕੁਝ ਲਿਆਉਂਗਾ ਬਸ ਬਸ ਤੂੰ ਕਿਹੜਾ ਸਰਪੰਚ ਬਣ ਜਾ ਬਾਅਦ ਚ ਦੇਖਦੇ ਆ ਕੀ ਬਣਦਾਗਾ ਤੂੰ ਪਹਿਲਾਂ ਮੈਨੂੰ ਚਾਹ ਤੇ ਪਿਆ ਤੇਰੇ ਹੱਥ ਦੀ ਮੈਂ ਗੁਰਚਾ ਲੈ ਕੇ ਆਉਣਾ ਦੋ ਮਿੰਟ ਚਲੋ ਮੈਂ ਚਾਹ ਬਣਾ ਕੇ ਦੇਣੀ ਤੂੰ ਪਾਣੀ ਬਾਲੇ ਨੇ ਹੁਣ ਜੇ ਦੁਕਾਨ ਤੇ ਜਾਣਾ ਦੁਕਾਨ ਵਾਲਾ ਕੋ ਗੁਰਚਾ ਤੂੰ ਕੱਲ ਲੈ ਕੇ ਆ ਤੂੰ ਹੁਣ ਗੁਰਚਾ ਕਾਦੇ ਵਾਸਤੇ ਲੈ ਕੇ ਆਣਾ ਭਾਵੇਂ ਸਲਾਹ ਉਹਦੀ ਚੁਗਲੀ ਕਰ ਦੂ ਮੇਰੇ ਘਰ ਵਾਲੇ ਦਾ ਹੁਣ ਕੀ ਲਈ ਸਕੀਮ ਆ ਘਰੋਂ ਲੈ ਕੇ ਜਾਣਾ ਪੁੱਛਾਂ ਜੇ ਘਰੋਂ ਚੱਕ ਕੇ ਤੂੰ ਕਿਹਨੂੰ ਆ ਹਾਂ ਆਈਡੀਆ ਬਸ ਕਰ ਦੇ ਜਿਗਾੜ ਲੈ ਸੋਈ ਚਾ ਮੈਂ ਕੀ ਹੋ ਗਿਆ ਮਰ ਗਿਆ ਕੋਈ ਮੇਰੀ ਨਾਨੀ ਮਰ ਗਈ ਉਹ ਨਹੀਂ ਕੁੱਟਿਆ ਕਿਸੇ ਨੇ ਨਹੀਂ ਬੇ ਹੋਇਆ ਕੀ ਇਹ ਦੱਸ ਤਾਂ ਦੇ ਕੀ ਹੋ ਗਿਆ ਅੱਜ ਨਾ ਮੇਰਾ ਦਿਲ ਇੱਥੋਂ ਨਾ ਇੱਥੇ ਆ ਗਿਆ ਲੈ ਕਿਉਂ ਕਿਸੇ ਨੇ ਦਿਲ ਤੇ ਮਾਰਿਆ ਉਹ ਨਹੀਂ ਮੈਨੂੰ ਗਰੀਬੀ ਵਾਲੇ ਦਿਨ ਯਾਦ ਆ ਗਏ ਜਦੋਂ ਮੈਂ ਗਰੀਬ ਹੁੰਦਾ ਸੀ ਸਾਡੇ ਛੱਪਾ ਹੁੰਦੀ ਜੀ ਇਹ ਚਾਉਂਦੀ ਸੀ ਉਹ ਦਿਨ ਮੈਨੂੰ ਯਾਦ ਆ ਗਿਆ ਅੱਜ ਫੇਰ ਕੀ ਹੋ ਗਿਆ ਕੋਈ ਨਾ ਹੁਣ ਤਾਂ ਆਪਣੇ ਚੰਗੇ ਦਿਨ ਨੇ ਚੁੱਪ ਕਰ ਜਾ ਚੰਗੇ ਦਿਨ ਨੇ ਉਹ ਗਰੀਬ ਨਾ ਮੇਰੇ ਕੋਲ ਆਇਆ ਇੱਕ ਕਹਿੰਦਾ ਮੈਨੂੰ ਚਾਹ ਪੀਣੀ ਹੈ ਮੈਂ ਤੇ ਮੈਨੂੰ ਗੁੜ ਚਾਹ ਲਿਆ ਦੇ ਮੈਂ ਆ ਚੱਕ ਪੈਸੇ ਤੇ ਪੈਸੇ ਲਾ ਕੋ ਨਹੀਂ ਪੈਸੇ ਨਹੀਂ ਲੈਂਦਾ ਮੈਂ ਮੈਨੂੰ ਬਸ ਗੁੜ ਚਾਹ ਲਿਆ ਦੇ ਮੈਂ ਗੁੜ ਚਾਹ
मैं कित्थों लाइए, मैं तू जान के पखंड कर देवांगा, मैं नहीं दिंदा गुड़ गुड़चा। फिर मैं मेरा दिल जा हुण निकल जांदा बाहर भी गुड़चा दे के आना सी, मैं गलती कीती। बाले गरीब ने, बाले गरीब ने। चल चंगा चुप कर जा, पर तू हां किरने ये क्यों पई है नहर रो रो के, अपने गुड़चा बथेरा पिया तू ले जा, दे आना ना गुड़चा। और रहन दे, अपा घर कमाना जरूरी कमाना कर, अपने केड़ी गलती होगी होगी मेतों। नाले रोई जांदा, नाले नाले तैनू तरस आई जांदा, तू दे अपने बथेरा गुड़चा पिया, सुख नाल हुण तां अपने रंग लगे होए ने, नाले तू पुरानी गरीबी वाले दिन याद कर करके ना रोया ना कर, चंगा। हां चल फिर ले आ, पर दे आना मैं झोले च पा दा। हां झोले च पा दे। किन्ना किन्ना क पावां? पा दे किलो तो, दो किलो। चंगा लियानी आ। जे हैगा दुध ते दे दे, चल दे ही दे दुध। चंगा ओ चल, रहन दे दुध ते हैगा ही, मैं कल नू देऊं दुध। चल आ जा, हैगा ते कोल दुध ते पिया। चल चंगा। हां टुट जाना चन्नी की लिफाफा ले जांदा गुरमीत के घरे, फिर तां भकाई करदा ए भी। ला देख ला, मैनू केड़े वैन दा कई के गया, कहिंदा मैं चाह घुट देवांगा, मैं तां पानी रिझणा धरता, पानी तो बुलबुल बौला होगा, नाले गैस खत्म हो ही जांदा। लै चल गैस परां बंदे करां, की पता कदों आऊगा, मुई पंप दे के भग गया तां मैनू लगदा। मैनू लै आओ आ गया, लै चल गैस भी बंद कर आई सी मैं तां। लै ले आया वे चाह घुट देख ला। हां ले आया। किन्ने क पैसियां दा आ गया? ओ पैसियां दा मैं कड़ा घरों लिया, मैं कड़ा दुकान तों लिया। अच्छा घरों ना चलेड़ जी ने दे तां तैनू चाह घुट, ओ इन्नी भैड़ी हैगी। ਪੜੀ ਕੀ ਤੈਨੂੰ ਮੈਂ ਦੱਸਦਾ, ਮੈਂ ਗਿਆ ਘਰੇ ਜਦੋਂ। ਹਾਂ ਉਹ ਬਾਹਰ ਨਿਕਲ ਰਹੀ ਤਾ, ਗੱਲ ਸੁਣ ਮੇਰੀ। ਹਾਂ ਕੀ ਹੋ ਗਿਆ? ਉਹ ਗੁੜਚਾ ਪਾ ਕੇ ਲਿਆ। ਗੁੜਚਾ ਦਾ ਕੀ ਕਰਨਾ ਤੈਨੂੰ? ਕਿੰਨੇ ਵਾਰੀ ਕਿਹਾ ਪੁੱਛਿਆ ਨਾ ਕਰ, ਚਾਹ ਪਾ ਕੇ ਲਿਆ ਗੁੜਚਾ। ਲਿਆਉਣੀ ਲਿਆਉਣੀ ਮੇਰੇ ਸਗਲੇ ਦੀ ਭੁਲਗੀ ਆ, ਕਿੱਥੇ ਲੈ ਕੇ ਜਾਣਾ? ਉਹ ਚੰਨੀ ਸਰਦਾਰ ਆ, ਚੰਨੀ ਸਰਪੰਚ ਆ। ਲੈ ਇਦੂ ਬਾਅਦ ਨਾ ਪੁੱਛੀ ਨਾ, ਨੀ ਮੈਂ ਲੱਤਾਂ ਤੋੜ ਦੂੰ ਤੇਰੀਆਂ। ਚੰਗਾ ਮਾਰਿਆ ਰੋਬ, ਮਾਰਿਆ ਨਾ ਲਫੜਾ, ਪੁੱਛਿਆ ਵੀ ਕਿੱਥੇ ਨਾ, ਮੈਂ ਦਹਿ ਤੇਰੀ ਕੁੱਟਿਆ ਉਹਨੂੰ। ਫਿਰ ਕਹਿੰਦੀ ਮੈਂ ਨੀ ਪੁੱਛਦੀ, ਇਦੂ ਬਾਅਦ ਨੀ ਪੁੱਛਦੀ ਉਹ, ਆ ਤੇਰੇ ਸਾਹਮਣੇ ਲਿਆਂਦਾ ਗੁੜਚਾ। ਵੇ ਤੂੰ ਪੰਪ ਘੰਟ ਮਾਰ, ਮੈਨੂੰ ਤਾਂ ਐਂ ਲੱਗਦਾ ਕਿ ਤੂੰ ਹੀ ਨਾ ਤੇਰੇ ਗਲ ਪੈ ਗਈ ਹੋਵੇ, ਉਹ ਤਾਂ ਐਡੀ ਤੇਜ਼ ਜਨਾਨੀ ਹੈਗੀ। ਉਹ ਮੇਰੇ ਮੂਹਰੇ ਨੀ ਬੋਲਦੀ, ਤੇਜ਼ ਲੋਕਾਂ ਮੂਹਰੇ ਆ ਉਹ। ਮੇਰੇ ਗੱਲ ਪੰਪ ਲੱਗਦੀ ਤੈਨੂੰ? ਮੈਂ ਸੱਚੇ ਦਿਲ ਦਾ ਦੇਖ, ਮੇਰਾ ਦਿਲ ਬੜਾ ਸਾਫ ਆ, ਸੀਸੇ ਮੰਗੋ ਭਾਵੇਂ ਦਾ ਮੂੰਹ ਦੇਖ ਲੈ। ਹੋਰ ਅੰਤ ਨੀ ਆਉਂਦਾ ਬੇ, ਮੈਂ ਤੂੰ ਹੀ ਕਹਿਤਾ ਗੁੱਸਾ ਨਾ ਕਰ, ਚੱਲ ਮੈਂ ਤੈਨੂੰ ਚਾਹ ਦੀ ਘੁੱਟ ਬਣਾ ਕੇ ਲਿਆਦਾ। ਚਾਹ ਲਿਆ, ਤੇਰੇ ਹੱਥ ਮੇਰਾ ਜਾਦੂ ਆ, ਚਾਹ ਪੀ ਕੇ ਨਾ ਫਿਰ ਅੱਖ ਖੜੀ ਹੋ ਜਾਂਦੀ ਮੇਰੇ ਤੇ। ਚਾਹ ਪੀ ਪਹਿਲਾਂ ਤਾਂ ਤੂੰ, ਚਾਹ ਪੀ ਕੇ ਹੋ ਕਰੜਾ ਕੰਮ ਕਾਰ ਦਾ, ਸਰਪੰਚ ਜਾ ਕੇ ਆਏਗਾ, ਫਿਰ ਜੇ ਕੰਡੇ ਤੇ ਹੋਏਗਾ ਤਾਂ ਵੋਟਾਂ ਬਾਰੇ ਜਾ ਕੇ ਆਏਗਾ ਤੂੰ। ਕੋਈ ਕੰਮ ਹੋਵੇ ਨਾ ਬਸ ਮੈਨੂੰ ਯਾਦ ਕਰਨਾ, ਜਾਣ ਪਾ ਦੀ ਉਹ ਚਾਹ ਦੇ। ਚੱਲ ਤੂੰ ਚਾਹ ਤਾਂ ਛੱਡ, ਮੇਰੀ ਗੱਲ ਸੁਣਾ, ਵਰਤ ਆ ਰਹੇ ਨੇ, 3500 ਦਾ ਸੂਟ ਚਾਹੀਦਾ ਹੁਣ। ਇਹ ਕੀ ਹੋ ਗਿਆ, ਕੋਈ ਚਾਹ ਵਧੀਆ ਨੀ ਬਣੀ? ਉਹ ਨਹੀਂ ਨਹੀਂ ਚਾਹ ਨਹੀਂ, ਉਹ ਹੱਥੂ ਆ ਗਿਆ। ਹੱਥੂ ਆ ਗਿਆ? ਹਾਂ 3500 3500 ਦਾ ਮੈਂ ਇਹਨੂੰ ਕਿੱਥੋਂ ਦਵਾਉਣਾ ਸੂਟ, ਮੈਂ ਤਾਂ ਆਪਦੇ ਘਰ ਵਾਲੇ ਨੂੰ ਦਵਾਇਆ, ਦੂਜੀ ਗੱਲ ਮੈਂ ਆਪ ਨਹੀਂ ਲੈਤੇ ਕਦੇ 3500 ਦੇ। ਹੁਣ ਕੀ ਕਰਾਂ, ਆਸ ਕੀ ਕਰਨੀ, ਸੌਖੀਆਂ ਨੇ ਚੰਨੀ, ਦਵਾਉਣਾ ਤਾਂ ਪਊਗਾ ਇਹਨੂੰ, ਜਾਂ ਇਹਨੂੰ ਲਾਰਾ ਲੱਪਾ ਲਾਉਣਾ ਪਊਗਾ। ਲੈ ਕੀ ਹੈ ਇੱਧਰ ਮੂੰਹ ਕਰਕੇ ਸੋਚਣ ਲੱਗ ਗਿਆ ਤੂੰ, ਸੂਟ ਦੇ ਨਾ ਉਹਨੂੰ। ਉਹ ਸੂਟ ਦੇ ਨਾਮ ਨਹੀਂ, ਮੈਂ ਤੇ ਕਲਰ ਸੋਚਦਾ, ਵੈਸੇ ਇੱਕ ਮੈਂ ਆਪਣੇ ਪਿੰਡ 'ਚ ਵਧੀਆ ਨਹੀਂ ਸੂਟ ਮਿਲਦੇ, ਠੀਕ ਹੈ, ਮੈਂ ਕਿਹਾ ਚੰਡੀਗੜ੍ਹੋਂ ਜਾਂ ਜਲੰਧਰੋਂ ਜਾਂ ਬਠਿੰਡੇ, ਮੈਂ ਸੋਚਦਾ ਸੂਰਤ ਤੂੰ ਲਿਆਦਾ ਕਿਤੇ ਫੈਕਟਰੀਆਂ ਆਪਾਂ ਦੀਆਂ ਕੱਪੜੇ ਵਾਲੀਆਂ, ਉੱਥੋਂ ਨਾਲ ਸਸਤਾ ਪੈ ਜੂਗਾ, ਨਾਲੇ ਵਧੀਆ ਕੁਆਲਿਟੀ 'ਚ ਮਿਲ ਜੂਗਾ। ਮੇਰੀ ਗੱਲ ਸੁਣ, ਐਡੀ ਦੂਰ ਕਿਰਾਇਆ ਲਾਏਗਾ, ਕਿਉਂ ਚੱਕਰਾਂ 'ਚ ਪਿਆਗਾ,
ਮੈਂ ਤਾਂ ਆਪਦੇ ਪਸੰਦ ਦਾ ਕਲਰ ਲੈ ਲੂੰਗੀ ਸੂਟ ਦਾ ਠੀਕ ਆ ਤੂੰ ਮੈਨੂੰ 5000 ਰੁਪਏ ਦੇ ਦੇ ਮੈਂ ਆਪਦੇ ਮਨ ਪਸੰਦ ਦਾ ਲਿਆਉਂਗੀ ਐਵੇਂ ਬੱਸਾਂ ਤੇ ਭਗਾਈ ਕਰੇਗਾ ਕੀ ਫਾਇਦਾ ਹੈਗਾ ਡੇਢ ਦਿਨ ਚ ਤੂੰ ਮੁੜ ਕੇ ਆਏਗਾ ਤੂੰ ਹੁਣ ਤੇ 3500 ਕਹੀ ਜਾਂਦੇ ਸੀ ਹੁਣ 5000 ਕੀ ਕਰਨਾ ਤੂੰ ਫਿਰ ਵਿੱਚੇ ਸਮਾਈ ਸਮੂਈ ਤੈਨੂੰ ਪਤਾ ਲਾਉਣ ਵਾਲਾ ਸੂਟ ਆ 800 ਰੁਪਏ ਲੈਂਦੀਆਂ ਨੇ ਜੇ ਦਰਜੀ ਮੈਂ ਸੂਟ ਦਰਜੀ ਤੋਂ ਸਵਾਉਂਗੀ ਫਿਰ ਮੈਂ ਉੱਦੇ ਪਾਉਂਗੀ ਜਿੱਦੇ ਤੂੰ ਸਰਪੰਚ ਬਣੇਗਾ ਕਿੱਥੇ ਫਿਰਦਾ ਤੂੰ ਉਹ ਤੂੰ ਇੱਕ ਵਾਰੀ ਸਰਪੰਚ ਬਣ ਤੇ ਜਾਂਦੇ ਫਿਰ ਮੈਂ ਤੈਨੂੰ ਦੋ ਬਣਾ ਦੂੰਗਾ ਇੰਨੀ ਕੀ ਕਾਲੀ ਆ ਚੱਲ ਤੂੰ ਮੈਨੂੰ ਪੈਸੇ ਦੇ ਦੀ ਮੈਂ ਤਾਂ ਉਹਦਾ ਆਪ ਹੀ ਲਿਆਉਂਗੀ ਮਰਵਾਤ ਆ ਤੇ ਯਾਰ ਹੁਣ ਪਹਿਲਾਂ 3500 ਹੁਣ 5000 ਚੱਲ ਕਰਨਾ ਪਊਗਾ ਲੋ ਕੋਈ ਚੱਲ ਠੀਕ ਆ ਕੋਈ ਗੱਲ ਨਹੀਂ 5000 ਦਾ ਪਰ 10 ਲੈ ਲੈ ਇੰਨੀ ਕੀ ਟੈਨਸ਼ਨ ਨਹੀਂ ਆ ਬਸ 5 ਬਹੁਤ ਆ 10 ਮੈਂ ਕੀ ਕਰਨਾ ਤੇਰੀ ਜਾਨ ਨੂੰ ਲੱਡੂ ਆ ਥੋੜਾ ਤੂੰ ਜਾਨ ਮੰਗੇ ਨਾ ਮੈਂ ਜਾਨ ਵੀ ਹਾਜ਼ਰ ਕਰ ਦੂੰ ਤੇਰੇ ਲਈ ਤੇ ਚੱਲ ਠੀਕ ਆ ਹੋਰ ਸੁਣਾ ਹੁਣ ਰੋਟੀ ਪਕਾਈ ਹੈ ਕਿ ਨਹੀਂ ਲੈ ਰੋਟੀ ਤਾਂ ਮੈਂ ਹੁਣ ਬਣਾ ਦਿੰਨੀ ਹੈਗੀ ਰੋਟੀ ਖਾਣੀ ਹੈ ਤੇ ਉਹ ਅਜੇ ਨਹੀਂ ਮੈਂ ਖਾਣਾ ਤੂੰ ਐ ਕਰੀ ਮੂਲੀਆਂ ਆ ਗਈਆਂ ਮੈਂ ਮੂਲੀਆਂ ਲਿਆਉਣਾ ਸ਼ਹਿਰ ਤੋਂ ਮੂਲੀਆਂ ਪਰੌਠੇ ਬਣਾ ਦੂੰਗੀ ਹਨਾ ਹਾਂ ਤੂੰ ਮੈਨੂੰ ਪਰੌਠੇ ਬਣਾ ਦੇ ਚੰਗਾ ਐ ਕਰੀ ਤੂੰ ਨਾਲੇ ਤਾਂ ਲਿਆ ਦੀ ਸੂਟ ਜੇ ਨਹੀਂ ਲਿਆਉਣਾ ਵੀ ਚਾਹ ਤੂੰ ਮੇਰੇ ਪੈਸੇ ਫੜਾ ਜੀ ਨਾਲ ਚੱਲ ਮੂਲੀਆਂ ਵਾਲੇ ਪਰੌਠੇ ਖਾ ਜੀ ਤੂੰ ਫਿਰ ਤੈਨੂੰ ਪਤਾ ਹੀ ਆ ਉਹ ਤੇਰੇ ਘਰ ਵਾਲੀ ਦੇਖ ਲੈ ਸਿਪਕਲੀ ਜੀ ਕਿੱਡੀ ਭੈੜੀ ਹੈਗੀ ਵਾਹ ਪਾ ਦੂਗੀ ਤੇਰਾ ਕੁੱਟ ਕੁੱਟ ਕੇ ਉਹ ਨਹੀਂ ਨਹੀਂ ਹੁਣ ਮੇਰਾ ਰੋਹ ਬੜਾ ਡਿਸੀਜਨ ਰੋਹ ਆ ਮੇਰਾ ਤੇ ਬਾਹਰ ਚੱਲ ਠੀਕ ਆ ਮੈਂ ਰਸੋਈ ਚ ਭਾਂਡੇ ਭੁੰਡੇ ਮਾਂਜਦਾ ਹੁਣ ਤੂੰ ਤੇ ਭਾਂਡੇ ਮਾਂਜ ਭਾਂਡੇ ਕਾ ਮੈਨੂੰ ਮਾਂਜੀ ਜਾਨੀ ਤੂੰ ਤੇ गरीबां दे भले वाले करदा रोई जावे मैं कहा मैनूं गल तां दस दे कहिंदा अपने पिंड च गरीब जे आ रहे ने कोई भी उन्हां नूं गुड़ चाह देना कहिंदा पैसे ले लो पैसे नहीं उन्होंने लाए सियाने ने बेचारे कहते ना सन तो गुड़ चाई लिया दे मुठी मुठी फिर मैं झोला भर के तोरता मैं फट दे किसी का भला हो जाऊगा आहो गरीब दे के गरमीत दे अपनी गल ही नहीं सुन देंगे टुट जाने ना हो ते सौ गल करनी हुंदी है सी मसा हुन दस नहीं भैने गरमीत के घरे वड़दा देखया पया ते दस दे की पाया होया ती ओदे ला मैनू की पता हुन लफाफा जे देखया एड्डा सारा चिट्टा जा हुन मैं की जान दे कपड़े पाए होए ती कपड़े चिट्टा कुर्ता पजामा केसरी पग बन्नी सीगी हाय नी चाची मैं ता पट्टी गई नी इत्थे वेखी रोण जा ओही गल ना माड़ा मोटा ध्यान रख लिया कर बन गया रीत गल भी सुनी दी हुंदी किसे दी आए ना कर तू ओनू पता ही ना लगे की कौन दस गया कौन ना आए नू फिर कंध च दे सुनदी है भी कित्थे सी अज इन्ने टाइम च किधर लै के गया तू लफाफा जा चाची पक्का चन्नी सी हाय हाय मैं भुली हां चन्नी नू भुलू जू मैं मेरे तो घर ही पटता कंजरी ने नसल जी ने तू देख हुण मैं तो तेन दसना सी आपदा घर सांभला समझ गई ना ज्यादा रोब जा मारदा ना ओ आखू जदो किते चीज लेके जांदा का चल मैं चलदी हां गरीबां नू मैं वंडे आउनी हां मैनू फड़ा दे तू आपदे काम जा ऐ कह दिया कर कोई ना जाउन दे हां अज ते मैं केसरी पग बनू देखी चली गई नाम मैं
ਬੰਦਾ ਬਣਾਇਆ ਨਾ ਦੇਖੀ ਤੂੰ ਚਾਚੀ ਤੌਰਾ ਲਾ ਦੀ ਸਮਾਰ ਕੇ ਚੰਗਾ ਜਾਨੀ ਆ ਮੈਂ ਤਾਂ ਚੰਗਾ ਆ ਜਾ ਤੂੰ ਕੰਜਰਾ ਅੱਜ ਨਹੀਂ ਤੈਨੂੰ ਛੱਡਦੀ ਜਾਂ ਤੂੰ ਅੱਜ ਗਰਮੀਤ ਕੋਲੇ ਜਾਵੇਂਗਾ ਜਾਂ ਤੇਰੀ ਲੱਤਾਂ ਤੋੜ ਕੇ ਉਰੀ ਮੰਜੇ ਤੇ ਡੇਗੂ ਤੈਨੂੰ ਪਏ ਨੂੰ ਰੋਟੀ ਦੇਣੀ ਮਨਜ਼ੂਰ ਤੈਨੂੰ ਮੈਂ ਭੇਜਦੀ ਆ ਲੋਕਾਂ ਦੇ ਕੋਈ ਨਾ ਜਿਹੜੇ ਲੱਛਣ ਕਰਦਾ ਨਾ ਤੂੰ ਮੇਰੇ ਕੋਲੇ ਆ ਜਾਂਦੇ ਅੱਜ ਨਹੀਂ ਕੰਜਰ ਨੂੰ ਛੱਡਦੀ ਆ ਜਾ ਛੇਤੀ ਕਰਾਂ ਤੇਰੀ ਲੱਤਾਂ ਹੀ ਲੱਤਾਂ ਤੋੜ ਬੋਨੇ ਜਿਹਾ ਅੱਜ ਯਾਰ ਆਓ ਇਹ ਕੀ ਗੱਲ ਡੰਡਾ ਚੱਕੀ ਫਿਰ ਗੱਲ ਦਾ ਪਤਾ ਨਹੀਂ ਲੱਗ ਗਿਆ ਮੈਨੂੰ ਲੱਗਦਾ ਆਂਟੀ ਆਉਂਦੀ ਸੀ ਪਿੱਛੇ ਕਿਵੇਂ ਆ ਕਿਉਂ ਡੰਡਾ ਚੱਕੀ ਫਿਰਦੀ ਅੱਜ ਇਹ ਨਾ ਮੈਂ ਕੋਈ ਅੱਜ ਬੰਦਾ ਕੁੱਟਣਾ ਬੰਦਾ ਕੁੱਟਣਾ ਆਹੋ ਤੈਨੂੰ ਕਿਹਨੇ ਛੇੜਤਾ ਲੈ ਮੇਰੇ ਹੁੰਦੇ ਤੂੰ ਕੁੱਟੇਗੀ ਮੈਂ ਕੁੱਟ ਦੇਣਾ ਲੈ ਮੈਨੂੰ ਫੜਾ ਨਹੀਂ ਨਹੀਂ ਇਹ ਬੰਦਾ ਤਾਂ ਮੈਂ ਆਪ ਹੀ ਕੁੱਟਣਾ ਉਹ ਨਹੀਂ ਰਹਿਣ ਦੇ ਤੇਰੇ ਪਰਚਾ ਪੁਰਚਾ ਪੜ ਦਿਓ ਮੈਨੂੰ ਫੜਾ ਮੈਂ ਪਰਚਾ ਵੀ ਪਹੁੰਚ ਜੇਲ੍ਹ ਚ ਤੂੰ ਚੁੱਪ ਕਰਕੇ ਖੜ ਜਾ ਮੈਨੂੰ ਐਂ ਦੱਸ ਤੂੰ ਗੁਰਮੀਤ ਦੇ ਘਰੇ ਕੀ ਕਰਦਾ ਸੀ ਗੁਰਮੀਤ ਕੇ ਹਾਂ ਗੁਰਮੀਤ ਨਾ ਤੂੰ ਗੁੜਚਾ ਗਰੀਬਾਂ ਨੂੰ ਦੇਣ ਗਿਆ ਸੀ ਕਿ ਤਕੜਿਆਂ ਨੂੰ ਦੇਣ ਗਿਆ ਸੀ ਉਹ ਤਾਂ ਆਪ ਦੇ ਮੈਨੂੰ ਐਡਾ ਕਹਾਉਂਦੀ ਆ ਪੇਟ ਲਈ ਜੀ ਨਹੀਂ ਨਹੀਂ ਮੈਂ ਪਾਣੀ ਪੀਣ ਗਿਆ ਸੀ ਨਾ ਪਾਣੀ ਨੂੰ ਤੇਰੇ ਅੰਦਰ ਝੋਨਾ ਲੱਗਿਆ ਵਾ ਉਹ ਨਹੀਂ ਗੱਲ ਸੁਣ ਉਹ ਮੈਂ ਗਿਆ ਉੱਥੋਂ ਤੇ ਮੈਂ ਕੱਖ ਜਾ ਪਿਆ ਸੀ ਕੱਖ ਜਾ ਮੈਂ ਮੂੰਹ 'ਚ ਪਰ ਉਹ ਤੂੰ ਮੈਂ ਸਾਰਾ ਮਰਨਾ ਜਾਈਂ ਉਹ ਮੇਰੀ ਗੱਲ ਦੇ ਸੁਣ ਤੇ ਲਾ ਮੇਰੀ ਗੱਲ ਜਮਾ ਝੂਠ 1% ਨਹੀਂ ਮਾਰਦਾ ਤੇਰੀ ਸਰੋਂ ਲੱਗੇ ਪਰ ਮਰ ਜਾ ਮੈਨੂੰ ਕਿਉਂ ਮਾਰਦਾ ਆਪੇ ਮਰ ਜਾ ਉਹ ਚਾ ਮੇਰੀ ਸਰੋਂ ਲੱਗੇ ਠੀਕ ਹੈ ਸਰੋਂ ਨਹੀਂ ਕਹੀ ਨਾ ਸਮੋਂ ਨਹੀਂ ਕਹੀ ਨਾ ਤਾਂ ਮਰਨੇ ਸੌ ਲੱਗੇ ਪਟੇ ਬਾਬੇ ਦੀ ਹਾਂ ਦੱਸ ਦੱਸ ਕੀ ਕੰਮ ਸੀ ਇੱਥੋਂ ਮੈਂ ਕਰਾਂ ਗਿਆ ਮੈਨੂੰ ਇੱਥੇ ਮਰੋ ਚੁੱਪ ਕਰ ਜਾ ਹੁਣ ਮੇਰੇ ਲਈ ਐਕਟਿੰਗ ਜੀ ਨਾ ਕਰ ਸਮਝ ਗਿਆ ਉਹ ਨਹੀਂ ਨਹੀਂ ਗੱਲ ਸੁਣ ਮੈਂ ਇੱਥੋਂ ਗਿਆ ਨਾ ਮੈਂ ਰੋਣ ਲੱਗ ਗਿਆ ਮੈਨੂੰ ਉੱਥੋਂ ਜਾ ਕੇ ਰੋਇਆ ਮੈਂ ਉੱਥੋਂ ਜਾ ਗਿਆ ਮੈਂ ਪਾਣੀ ਪੀਣਾ ਕੋਈ ਘਰ ਨੇੜੇ ਦਿਸਿਆ ਨਹੀਂ ਦੂਜੇ ਦੇ ਬੰਦ ਸੀ ਫਿਰ ਮੈਂ ਉਹਨਾਂ ਦੇ ਘਰੀ ਵੜ ਗਿਆ ਤੇ ਉਹ ਮੈਂ ਪਾਣੀ ਦਿੱਤਾ ਗਲਾਸ ਤੇ ਪੀ ਕੇ ਮੈਨੂੰ ਪਤਾ ਸ਼ੱਕ ਲੱਗ ਗਿਆ ਪਿੱਛੇ ਆਂਟੀ ਆਉਂਦੀ ਸੀ ਸੁਖਪਾਲ ਉਹਨੇ ਦੱਸਿਆ ਉਹ ਤੈਨੂੰ ਜੇ ਤਾਂ ਕੋਈ ਪੁੱਠਾ ਕੰਮ ਕਰੇ ਉਹਨੇ ਤੈਨੂੰ ਤਾਂ ਹੀ ਦੇਖਿਆ ਉਹ ਨਹੀਂ ਮੇਰੇ ਨਾਲ ਸੀ ਪਿੱਛੇ ਸੀ ਉਹ ਤਾਂ ਹੀ ਉਹਨੇ ਦੱਸਿਆ ਬਸ ਮੈਨੂੰ ਪਤਾ ਉਹ ਤੈਨੂੰ ਮੈਂ ਦੱਸਦਾ ਉਹ ਤਾਂ ਬਾਲੀ ਉਹ ਆ ਪਤਾ ਨਹੀਂ ਕਿੰਨੇ ਦੇ ਘਰ ਪੱਟ ਤੇ ਉਹ ਤੈਨ ਤੂੰ ਤੂੰ ਤੇ ਇੰਨੀ ਸੋਹਣੀ ਆ ਦੇ ਸੂਟ ਕਰ ਹੱਥ ਜਾ ਓਏ ਆ ਸੂਟ ਤੂੰ ਕਿੱਥੋਂ ਲਈ ਐ ਉਹ ਇੰਨਾ ਬੜਾ ਸੋਹਣਾ ਲੱਗਦਾ ਸੂਟ ਤੇਰਾ ਸੋਹਣਾ ਲੱਗਦਾ ਬੜਾ ਸੋਹਣਾ ਹੈ ਤੂੰ ਮੈਨੂੰ ਗੱਲ ਦੱਸ ਦੇ ਉਹ ਗੱਲ ਦੱਸ ਤੇ ਪਾਣੀ ਪੀਣ ਗਿਆ ਸੀ ਉਹ ਯਾਰ ਉਹ ਗੱਲ ਨੂੰ ਗੋਲੀ ਮਾਰ ਉਹ ਐ ਦੱਸ ਤੈਨੂੰ ਮੈਂ ਉਹ ਬਾਲੇ ਘਰ ਪੱਟ ਤੇ ਉਹ ਮੇਜਰ ਕੀ ਨਹੀਂ ਉਹ ਮੇਜਰ ਕੀ ਬਹੂ ਉਹਨੇ ਭਜਾਈ ਆ ਕਿਹੜਾ ਛੋਟਾ ਰਿਸ਼ਤਾ ਹੈ ਤੇਰੇ ਭਰਾ ਨੂੰ ਰਿਸ਼ਤਾ ਹੋਈ ਜਾਂਦਾ ਸੀ ਉਹਨੇ ਨੰਨਾ ਪਾਇਆ ਉਹਨੇ ਸੋਹਣ ਲੱਗੇ ਸੱਚੀ ਨੇ ਹੋਰ ਇੱਕ ਰਿਸ਼ਤਾ ਹੋਣੀ ਹੋਇਆ ਨਾ ਉਹਦੇ ਹੀ ਹੈ ਉਹਨੂੰ ਵੜਨ ਦਿਆ ਕਰ ਘਰੇ ਲੈ ਕੀ ਮੇਰਾ ਵੜਨ ਦਿਆ ਕਰ ਹੁਣ ਪੱਕੀ ਸਹੇਲੀ ਵੀ ਆ ਉਹ ਉਹ ਪੱਕੀ ਪੁੱਕੀ ਨਹੀਂ ਉਹ ਘਰ ਪੱਟ ਦੂ ਆਪਾਂ ਤਲਾਕ ਕਰਾ ਦੂ ਆਪਾਂ ਮੈਂ ਤੇਰੇ ਤੋਂ ਬਗੈਰ ਮੈਂ ਰਹਿ ਨਹੀਂ ਸਕਦਾ ਸੋਲ ਕੇ ਮੈਂ ਤੈਨੂੰ ਬੜਾ ਪਿਆਰ ਕਰਦਾ ਪਤਾ ਹੀ ਹੈ ਤੂੰ ਕਿਹੜਾ ਪਿਆਰ ਕਰਦਾ ਤਾਂ ਹੀ ਤਾਂ ਲੋਕਾਂ ਦੇ ਘਰੇ ਪਾਣੀ ਪੀਂਦਾ ਫਿਰਦਾ ਉਹ ਪਾਣੀ ਤੇ ਪਿਆਰ ਪਾਣੀ ਦਾ ਕੀ ਲੈ ਗੱਲ ਸੁਣ ਲੈ ਗੱਲ ਤੂੰ ਛੱਡ ਯਾਰ ਲੈ ਤੇਰੇ ਕਰ ਬਚਾਉ ਤਾਂ ਇਹਦਾ ਮਤਲਬ 10,000 ਵਾਲਾ ਸੂਟ ਲੈ ਕੇ ਦਊਂਗਾ ਕਿੰਨੇ ਵਾਲਾ 10,000 ਵਾਲਾ ਚੰਗਾ ਹਾਂ ਤੇ 10 ਹੋਰ 10 ਇਹ ਮੈਂ 10,000 ਰੁਪਏ ਦੇ ਤੇ ਮੈਂ 10,000 ਵਾਲਾ ਸੂਟ ਮੈਂ ਮਾਰ ਕੇ ਹਰਾ ਨੀਲਾ ਇੰਨਾ ਸੋਹਣਾ ਆਏ ਹਾਏ ਮੋਰਨੀ ਬਣ ਕੇ ਹਾਰ ਸ਼ਿੰਗਾਰ ਲਾਇਆ ਹੋਊਗਾ ਜਮਾਂ ਤੂੰ ਹੇਮਾ ਵਾਲ ਨੀ ਲੱਗੇਗੀ ਸੋਹਣ ਕੇ ਰੱਬ ਦੀ ਬਾਲੀ ਸੋਹਣੀ ਲੱਗੇਗੀ ਕਮਾਲ ਕਰੀ ਮੇਰੇ ਵਾਸਤੇ ਕਰਵਾ ਚੌਥ ਤੇ ਵਰਤ ਰੱਖਣਾ ਤੇ ਮੇਰੀ ਪਸੰਦ ਸੂਟ ਨੀ ਪਾ ਸਕਦੀ ਮੈਂ ਆਪਦੀ ਪਸੰਦ ਲਿਆ ਕੇ ਦੂਜੇ ਨੂੰ ਸੂਟ ਮੇਰੀ ਗੱਲ ਮੰਨ ਚੰਗਾ ਮੰਨ ਲਈ ਫਿਰ ਐ ਕਰ ਤੂੰ ਚੱਲ ਰਹਿਣ ਦੇ ਤੂੰ ਪਾਣੀ ਲਿਆ ਦੇ ਦੋ ਘੁੱਟਾ ਮੈਨੂੰ ਪੀ ਲੈਣ ਦੇ ਚੰਗਾ ਲਿਆ ਨਹੀਂ
मेरे साले का दिन याद आ जाते भी ब्याह वाली उन्हें बाली पड़ी की कोई ना फिर की हो गया बथेरे हो जो मेरे प्राण साफ मैं कराऊंगा रिश्ता आप देख कर सामला ही बथेरा मैं सामी थी बैठा मेरी गल सुन ला एकदम मुड़ के ये गर्मी ते बार मोड़ते भी टप गए ना तेरी लत्ता नहीं आए समझ ली तू बस ओ गल सुन तू मेरी ओत मैं ओ बागे पानी पीन दे बहाने मेरे सक ता गए मैं आपा पूछ पानी पीन दे की के बहाने ओ नहीं नहीं बहाने ओ यार सच्चाई तेरे आप दे मुंह से निकल ही जंदी आ ओ नहीं गल सुना मेरे मुंह चो निकल गई मेरा मुंह तेरे पता मेरी जुबान मरी तिलक आ कुत्ते वाली आ देखो उस मर्जी लाला गल सुन मैं गया मैं पानी पीना जी वो कहते पी लो जी मैं ठीक है मैं क्या मैं सरपंच जी वोटा खड़ा होना है तो मैं वोटा पा दूंगा लै सोनू वोटा ना पावे होर कि पावे मैं करके मैं पुछते ली वोटा वो वोटा कहते तेरी मैं फुल सपोर्ट करूंगी तेरी यही जी सपोर्ट करूंगी ना मैं तू याद रखेगा तेन जड़ी गल कही है ना भी गर्मी से बार मूर दी ना टप दी सुन गया जब वोटा तो पवा लेना तू बाद जो वोटा आने देखी जाऊगी लिछण तेरे मेनू माड़े लगदे ने जेहड़े तेरे हाल आ बिगड़दे जांदे ने भीड़ बाली हुंदी आ कोई तेनू छेड़ दूगा फिर गुस्सा मेरा भेड़ा तेनू पता फिर पर पता तेनू समझ फिर सूट दवा लिया जी देख ला तू मेरी सोहनी ना दे मैं तेनू की कहा सी मैं आपकी पसंद लिया के दूंगा तेनू दुकान खोली सेल लाई है भी हजार सूट दस हजार लेके आऊंगा बड़ा घटा तू आज मैं तेन डिस्काउंट भी कर दूंगा देख ला देख ला सारा घर सिर ते चक लिया कि तू पंठा लेके आया उरे किवें आउंदा फुड़कदा अज तो मोरनी बनी फिरती है मेरे साले दी गल सुन सूट सुन दस मेरे बंब लगती है बंब मैं तो डर लगता मेले जावे उठ जाए ना जाए तू चज दे बाग कड़ लिया कर मुंह चो मुर्दा बोलू कफन पाड़ू सारा दिन मैं डर लगता भावें बंब ही बनी फिरदी चल तू पंप जे ना दे तो मैं दस पहला मेरे सूट का हीला हो गया वो सूट का भी हीला हो गया तो मेले का भी आपस पिंड है मेला मेरे घर वाली कहते मेले चली मेरे ज्यादा गया मेला च चाहे मेला घुमा के लिया ना 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 मैं मेले च नहीं जाती ला मेले च मैं क्या करना लोग पता की कहन गए ला भी मेले च आ फिर अरे तुरी मैं तो सूट ए दे बस मेरा तो घर ही मेला तू यार सारा मूड खराब होता फिर मैं तो सूट भी कैंसल करूंगा फिर मैं एक तो मेला तेन घूमना पेगा मेरे तो इन्ने चाह दे कमाल करी मेथों डर पता कि मैं तेन झूठ मारा दे एक दो तीन चार पांच तेरे वास्ते लै स्पेशल देख ला मैं फड़ा दे तू तेरा की पता तू कैंसल कर दे मेला पहला मेला घुमा फिर आप
सूट लेके आवां। आए कर मेले जोगरा 2000 रख रहा, तो 8000 रुपया मेनू फड़ा दे। ओ नहीं नहीं रहन दे, कोई चुंडी बड़ू तेरे उदी अख चखोके ले जूगा। अच्छा आए के बड़ू कोई चुंडी सारा लगदा कोई ओथी फड़ के गोडा खड़े दे लू नाले अगले नाले तैनू नाले। ओ मेनू का बोलेंगे चुंडी अगला बड़ू तेरी मैं कोटे थले। तू गल सुन छड यार, आ चली मेला कमाई मूड ना खराब कर। दे चल आ जा अजा पट और बकरी है देख सूट दे नवा पाया मैं जावा। और की अंत बाहर सल्ट च कभी बाल नहीं हैगा। ओ बाल ते मैं प्रेस बहुत कीती ना, लाइट भज गई भैन दे यारां दी। कुड़े आ की करी जानी है तू? चाची बैठ जा, आलू छिल दियां। ले उत्ते चलो आपां, अज मेल लैगा नाले पूरियां छोले खा लांगे। जरूरी है इत्थे मत्था मारना। चाची तैनू पता तां हैगा मेरे घर वाले दा है ना, तो कदे आप मेलिया च गया कदे भी कहने मैं भेड़ च घबराहट होंगी ना कदे मेनू जान दे। तो आप कितने है? आप तो मेरे वास्ते अज ना 10000 वाला सूट लैन गए। सच्ची? हां अच्छा ऐ तो बथेरा चंगा चाची, नाले ना तू ऐसी गल्ला ना करया कर, ओदे तू ही लड़ाते होंदे असि है। ओ कोई होर सीगा, तेनू भुलेखा लग गया। चल चंगा भुलेखा लग गया, चल ठीक है तेरे मगर ही सही, मैं तां ही कहंदी सी कि चल सब्जी सुब्जी नु भी छड मेले च, नाले मैं खा पी आऊं नाले तू मेले च गई मेरे लत्ता तोड़। नहीं नहीं चल खड़ी हो जा, तैयार ही है बथेरा सोना पाया सूट। चल तेरी जिम्मेवारी है चाची, पक्का ते सौ लगे मैं मूहरे खड़ू तेरे नाल। चल आ जा। हां चल फिर आ जा, आ जा बैठी रहिंदी है। की बनाया? पूरियां। पूरियां छोले खा के आऊंगी फिर। चल आ जा, चल दे, चल आ जा। ਨਾ ਦੇਖ ਲੈ ਪਿੰਡ ਵਾਲੇ ਕਿਵੇਂ ਝਾਕਦੇ ਨੇ, ਜਿਵੇਂ ਕਿਤੇ ਬੰਦੇ ਨਹੀਂ ਦੇਖੇ ਹੁੰਦੇ। ਉਹ ਝਾਕੀ ਜਾਂਦੇ ਉਹਨਾਂ ਤੋਂ ਕੋਈ ਡਰਨੀ ਯਾਰ, ਮੇਰੇ ਹੁੰਦੇ ਨਾ ਡਰੇ। ਯਾਰ ਉਹ ਸਰਪੰਚ ਬਣਨਾ ਕੋਈ ਗੱਲ ਨਹੀਂ, ਸਿੱਧੀ ਅੱਪਾਂ ਦੀ ਅੱਡਰਿਆ ਨਾ ਕਰਾਇਆ। ਜਦੋਂ ਸਰਪੰਚ ਬਣੇਗਾ ਉਦੋਂ ਦੇਖੀ ਜਾਊਗੀ। ਹੁਣ ਪੰਪ ਦੇ ਜਾ ਲੈ ਲੈ, ਇਹ ਤਾਂ ਬਹੁਤ ਸੋਹਣੀ ਆ ਹਨਾ, ਪਰ ਮੈਨੂੰ ਤਾਂ ਇੰਨੀ ਪਸੰਦ ਜੇ ਨਹੀਂ। ਚੱਲ ਬਾਤ ਦੇਖ ਲੈਨੇ ਆ। ਕੁੜੀ ਰੀਤਾ ਮੇਰੇ ਪੋਤੇ ਵਾਸਤੇ ਖੇਡ ਲੈਣੀ ਹੈ। ਹਾਂ ਹਾਂ ਚਾਚੀ ਆ ਡਮਰੂ ਜਾ ਲੈ ਲਾ। ਨਹੀਂ ਆ ਨਹੀਂ ਭੈਣੇ, ਇਹਦੇ ਨਾਲ ਤਾਂ ਤੋੜਤਾ, ਕੋਈ ਹੋਰ ਚੀਜ਼ ਦੇਖ ਲਾ। ਫੇਰ ਚਾਚੀ ਆ ਕਾਰ ਨਹੀਂ ਸੋਹਣੀ? ਸੋਹਣੀ ਆ, ਇਹ ਵੀ ਤੋੜ ਦੂਗਾ। ਤੋੜ ਦੂਗਾ ਜਵਾਬ ਜੇ ਛੱਡ ਦੇ ਨਹੀਂ ਹੈਗੇ। ਕਾਕਾ ਦੇ ਦੇਖ ਲਾ, ਕਾਹ ਦੇਖ ਲੈ, ਕਾਹ ਦੇਖ ਲੈਨੇ ਆ ਜਾ। ਕੀ ਹੋ ਗਿਆ? ਉਹ ਜੱਬ ਪੈ ਗਿਆ, ਉਹ ਮੇਰੇ ਘਰ ਵਾਲੀ ਫਿਰਦੀ ਆ। ਦੇ ਆ ਜਾ ਦਵਾਦਾ ਭੱਜ ਲਾ। ਜੱਬ ਆਉ ਦੇਖ ਲਾ ਚਾਚੀ, ਚੰਨੀ ਫਿਰਦਾਗਾ। ਤੈਨੂੰ ਨਾ ਭਲੇਖੇ ਪੈਂਦੇ ਆ ਚੰਨੀ ਦੇ, ਠੀਕ ਆ? ਤੂੰ ਪਹਿਲਾਂ ਵੀ ਸਾਡੇ ਕਿੰਨੀ ਵਾਰੀ ਲੜਾਈ ਕਰਾ ਹੱਟੀ ਚਾਚੀ, ਐਵੇਂ ਨਾ ਚੰਨੀ ਤੇ ਸ਼ੱਕ ਨਾ ਕਰਿਆ ਕਰ। ਉਹਨੇ ਮੈਨੂੰ ਆਪ ਕਿਹਾ ਵੀ ਨਾ ਮੈਂ ਮੇਲਾ ਦੇਖਣ ਤੈਨੂੰ ਜਾਣ ਦੇਵਾਂ ਤੇ ਨਾ ਹੀ ਮੈਂ ਆਪ ਦੇਖਾਂ। ਪਤਾ ਨਹੀਂ ਤੈਨੂੰ ਕਿਉਂ ਬਾਰੀ ਬਾਰੀ ਉੱਤੇ ਸ਼ੱਕ ਹੁੰਦਾ। ਨਹੀਂ ਐਵੇਂ ਮੇਰੀ ਅੱਖਾਂ ਧੋਖਾ ਨਹੀਂ ਖਾਂਦੀਆਂ, ਤੂੰ ਹੀ ਨਹੀਂ ਮੰਨਦੀ ਹੈਗੀ। ਚੱਲ ਚੰਗਾ ਚਾਚੀ, ਆਇਆ ਹੋਰ ਮੇਲਾ ਦੇਖਦੇ ਆ। ਚੱਲ ਓਹੋ ਮਸਾ ਜਾਣ ਬਸੀ, ਮੈਂ ਤੈਨੂੰ ਕਿਹਾ ਸੀ ਤੂੰ ਪੰਗੇ ਕਰਦਾਗਾ। ਕੋਈ ਜੀ ਫਿਰਦੇ ਉਹ ਗਵਾਂਢਣ ਚੋਂ ਬਹੁਤ ਹਰਾਮਣ ਹੈ, ਉਹ ਲੈ ਕੇ ਆਈ ਹੋਣੀ ਆ ਪੱਕਾ। ਚਾ ਕੋਈ ਗੱਲ ਤੂੰ ਛੱਡ ਮੇਲੇ ਨੂੰ, ਆਪਾਂ ਤਾਂ ਸੂਟ ਦਵਾ ਕੇ ਚਲਾ ਜਾ। ਸੂਟ ਲੈਨੇ ਆ ਮੈਂ ਤਾਂ ਹੋਰ ਦੇਖੀ ਵੇ, ਜਲੇਬੀਆਂ ਕਿੰਨੀਆਂ ਵਧੀਆ ਹੈਗੀਆਂ। ਆਈਏ ਜਲੇਬੀਆਂ ਵਧੀਆਂ, ਮੈਨੂੰ ਡਰ ਲੱਗਿਆ ਪੂਤਨੀ ਜੀ ਹੁਣ ਆ ਜੇ, ਜੇ ਆ ਗਈ ਨਾ ਮਾਰ ਮਾਰ ਲੱਤੇ ਪੰਜ ਜਲੇਬੀਆਂ ਵਰਗਾ ਮੂੰਹ ਕਰ। ਤੂੰ ਤਾਂ ਕਹਿੰਦਾ ਮੈਂ ਡਰਦਾ ਨਹੀਂ ਹੈਗਾ, ਉਹ ਡਰ ਜਾਂਦਾ ਲੱਗਦਾ, ਉਹ ਕਰੇ ਕਲੇਸ਼ ਵੀ ਕਰਨਾ। ਤੂੰ ਫੇ ਸੂਟ ਦਵਾਉਣਾ ਹੈ, ਦੁਕਾਨਾਂ ਬੰਦ ਹੋ ਜਾਣੀਆਂ। ਕੋਈ ਨਾ ਵਾਰੀ ਆਇਆ ਛੇਤੀ ਆਇਆ, ਕੋਈ ਤਾਂ ਨੰਗਿਆ ਨੰਗਿਆ ਆਇਆ ਆਇਆ ਛੇਤੀ ਆਇਆ। ਨਾਲ ਆਪਾਂ ਹੋਰ ਲੈਨੇ ਆ, ਕੀ ਲੈਣਾ ਕਿਸ਼ਤੀਆਂ ਤੋਂ, ਕਿਹੜਾ ਨਿਆਣੀ ਆ ਆਪਾਂ। ਆ ਜਾ ਕੋਈ ਚੀਜ਼ ਨਹੀਂ ਦਵਾਈ ਮੇਰੇ ਪੋਤੇ ਵਾਸਤੇ ਤੋਂ। ਚਾਚੀ ਐਂ ਕਰ ਤੂੰ ਆ ਬੋਲ ਲੈ ਲਾ। ਬੋਲ ਲੈ ਹਾਂ ਸੋਹਣੀ ਆ, ਲਈਏ ਨਹੀਂ ਖੜ ਫੜਾ ਹੋ ਤੂੰ। ਆਓ ਦੇਖ ਲਾ, ਆਓ ਜਾਂਦੇ ਆ ਦੋਨੇ ਜਾਣੇ। ਕਿੰਨੇ ਆ ਚਾਚੀ? ਆ ਦੇ ਖੱਟੀ ਪੱਗ ਬੰਨੀ, ਕਾਲੀ ਪੈਂਟ ਪਾਈ ਆ ਉਹਦੇ, ਸਮਝਦੇ ਨਹੀਂ ਹੈਗੀ ਲੀਹਾਂ ਵਾਲੀ ਟੀ ਸ਼ਰਟ ਜੀ ਪਾਈ ਆ, ਸ਼ਰਟ ਪਾਈ ਹੈਗੀ। ਮੈਂ ਤਾਂ ਨਾ ਤੇਰੇ ਨਾਲ ਮੇਲੇ ਚ ਆ ਕੇ ਪਸਾਉਣੀ ਹੈਗੀ, ਸਾਰੇ ਰਾਤ ਤੇ ਉਸੇ ਤੇ ਸ਼ੱਕ ਕਰੀ ਜਾਂਦੀ ਆ। ਉਸੇ ਤੇ ਨਹੀਂ ਸ਼ੱਕ ਕਰਦੀ ਮੈਂ ਤੈਨੂੰ ਦੱਸਾਂ, ਆਓ ਫਿਰਦੀ ਆ ਤੋਤਾ ਤੋਤਾ ਬਣੀ ਉਹ। ਚਾਚੀ ਨਾਲ ਹੈਗੀ, ਨਾ ਨਿਕਲੀ ਨਾ ਮੇਰੇ ਤੋਂ ਬੁਰਾ ਕੋਈ ਨਹੀਂ। ਨਹੀਂ ਨਾਲ ਆ ਬੈਠਦੇ, ਤੂੰ ਨਹੀਂ ਮੇਰੀ ਗੱਲ ਮੰਨਦੀ। ਚੱਲ ਚੱਲ ਲੈ, ਮੈਂ ਤਾਂ ਸੂਟ ਹੁਣ 3500 ਵਾਲੇ ਹੀ ਲਾਉਂਗੀ, ਜਲੇਬੀਆਂ ਤਾਂ ਖਵਾਈਆਂ ਨੇ 20 ਰੁਪਏ ਨਵਾਂ, ਮੈਨੂੰ ਤਾਂ ਨਹੀਂ ਲੱਗਦਾ। ਉਹ ਜਲੇਬੀਆਂ ਖਾ ਉੱਤੇ ਫੜੇ ਜਾਂਦੇ ਨਾ, ਉਹ ਕੁੱਟ ਵਾਲੀ ਪੈਂਦੀ, ਉਹ ਕਰੇ ਕਲੇਸ਼ ਵਾਲਾ ਪੈਂਦਾ। ਚੱਲ ਆ ਦੁਕਾਨ 3500 ਮੈਂ 3600 ਲੈ ਲਈ। ਚੱਲ ਵਾਧੂ ਸੂਟ ਸੂਟ ਵਾਲਾ ਨਜ਼ਾਰੇਦਾਰ ਸੂਟ ਲੈ, ਆ ਚੁੰਨੀ ਆ ਦੇ ਲੈ, ਕਿੰਨੇ ਕਿੰਨੇ ਸੂਟ ਘੈਂਟ ਆ ਦੇ ਲੈ, ਰੈੱਡ ਆ ਲੈ। ਚੱਲ ਸੋਹਣੇ ਸੂਟ ਆ, ਚੱਲ ਚੱਲ ਅੰਦਰ ਚੱਲ ਲੈ, ਵਾਧੂ ਦੁਕਾਨ ਭਰੀ ਪਈ ਆ ਫੁੱਲ।
तेरे चीज पसंद आवे बस आ जा जूस जेडी नु मेला दिखांदा फिरदा सी जिन्हे सूट दवांदा सी 5-5 हजार वाले 10-10 वाले ओ नहीं नहीं सुन लगे तेरे वास्ते लेके आवां सी चुप कर जा चुप कर जा क्यों तेरी मौत बज्जा मार दी हां ए सारी उंगली ने लाई होगी किसी ने उंगली नहीं लाई एक देखिया ओ चाची तू क्यों सादा कर पड़ती है मेनू की खबर है इतना शरीफ बंदा देख चल अंदर बैठ के गल कर कोई नहीं शरीफ चाची मैं तेरे नु तलाक दऊं नहीं ओ भाई नाला मैं कर रहा हूं तू रह ओदे कोल डैन कोल मेरी सौकण कोल ओ नहीं तलाक वाली कितने बाहर निकल नहीं तेरे खेडा मैं पा दूं मैं तो भाग जाना मैं दस भाई गल की तुझे सरपंच ते मैं दस दी गल गल की होनी है ओ गल सरपंच ना दादा लड़ाई करके जलूस ना कटो और मैं यही गल मैं सोचाई सी मेरे घर मन नहीं दी इधर आओ मैं समझा अंदर आओ अच्छा बैठो भाई सरपंच सियाने व्याने गल समझ लो ये तो अजे जहा है तुम तो नहीं आओ तुम तो समझ लगा ना मेरी समझदारी की करो सरपंच जो बाड़ी खेत नु खान लग गई ए तो मेरा घर ओनू खवांदा है डैन नु कंजरी नु कोई गल नहीं इदा कोई हल भी हुंदा हां भाई दस ये जेड़ी गल कहंदी है सही कहंदी है जमा झूठ कहंदी है अजे भी मानदा नहीं सरपंच अजे भी मानदा नहीं रख दी जुत्ती ए पैर च पाउण वास्ते हुंदी है बस एवें नहीं आओ कर दंदे बैठ सरपंच दे गल देख मेरे नाल दा कोई आ देख आपां दी दुनिया च बंदे दे सत्त जने हुंदे ना आ हम सकला इक्को जे भुलेखा पै गया मेले का कोई भी मेले च बैठा तो दूसरा मैं मेले चो दुकान से बैठा सी दुकान से सूट लाई जाता है बस मतलब बंद दुकान से मैं गया दुकान से की कहने की नाम लैनी है तू समझ गया तू सियाना देख ठीक है गुरमीतो मेरी गलबात है
ਤੇ ਉਹ ਵਿਚਾਰੀ ਆਈ ਸੀ ਉਹ ਸੂਟ ਲੈ ਜਾਂਦੀ ਨਾਲ ਹੀ ਮੈਂ ਸੂਟ ਲੈ ਜਾਂਦਾ ਉਧਰੋਂ ਇਹ ਆ ਗਈ ਇਹਨੇ ਮੇਰੇ ਕੁੱਟ ਕੁੱਟ ਕੇ ਇੰਨਾ ਜਿਹੜੀ ਉਸ ਕਿੱਡੀ ਅੱਛਾ ਹੋ ਤੂੰ ਮੈਥੋਂ ਸਾਈਨ ਜੇ ਕਰਾ ਕੇ ਅਸੀਂ ਕਾਗਜ਼ਾਂ ਤੇ ਪਾ ਉਹ ਉਹ ਸਾਈਨ ਉਹ ਨਹੀਂ ਉਹ ਹੋਰ ਗੱਲ ਕਰਦੇ ਕੋਈ ਤੁਸੀਂ ਮੈਂ ਨਹੀਂ ਕਾਹਦੇ ਸਾਈਨ ਕਰਾ ਕੇ ਲੈ ਕੇ ਗਿਆ ਸੀ ਭਾਈ ਤੂੰ ਗੱਲ ਲੁਕੋਈ ਜਾਂਦਾ ਨਾ ਮੈਂ ਕਿਉਂ ਗੱਲ ਲੁਕੋਉਂ ਭਾਈ ਮੈਂ ਤਾਂ ਇਹਨੂੰ ਕਹਿਣਾਗਾ ਮੈਂ ਤਾਂ ਤੁਹਾਨੂੰ ਦੱਸੀ ਗੱਲ ਇੱਕ ਜਨਾਦਾ ਰੋਲਾ ਇੱਥੇ ਨਿਮੇੜ ਲਓ ਨਹੀਂ ਇਹ ਗੱਲ ਦੱਸ ਦੇ 2 ਮਿੰਟ ਗੱਲ ਸੁਣ ਲੈ ਮੇਰੀ ਰੋਹਿਤ ਦੇ ਮਨ ਦਾ ਜੇ ਤੁਸੀਂ ਐਂ ਦੀ ਗੱਲ ਲਓ ਨਾ ਮੈਂ ਤਾਂ ਲਿਖ ਕੇ ਦੇ ਦੂੰਗਾ ਤੇ ਇੱਥੇ ਪਿੰਡ 'ਚ ਨਹੀਂ ਰਹਿਣ ਦੇਣਾ ਸਾਹਿਬ ਨਾਲ ਸਾਰਿਆਂ ਨੂੰ ਬਾਹਰ ਕੱਢੂੰਗਾ ਵਿੱਚ ਇਹ ਜਾਊ ਜਿਹੜਾ ਮੇਰੇ ਪਿੰਡ 'ਚ ਇਹ ਕੰਮ ਹੁੰਦਾ ਕਹਿ ਗੱਲ ਲਓ ਇੱਥੇ ਨਿਮੇੜੋ ਹੁਣ ਤੁਸੀਂ ਦੱਸੋ ਕਿਵੇਂ ਕਰਨਾ ਹੈ ਹਾਂ दबारे गलती करी इन मैं कटूंगा तू नहीं कटदी मैं कटूंगा तलकी ना कर तू मन दी गल जे आप गल जिनी मर्जी वधाई चल कोई जे गलती की ਇਹਨੂੰ ਸਜ਼ਾ ਇੰਨੀ ਕੁ ਮਿਲ ਗਈ ਗਾਹਾਂ ਨੂੰ ਬੰਦੇ ਤੋਂ ਵੱਡੀ ਵੱਡੀ ਗਲਤੀਆਂ ਹੋ ਜਾਂਦੀਆਂ ਕੋਈ ਗੱਲ ਜਦੋਂ ਇਹ ਗੱਲ ਕਹਿੰਦਾ ਗਾਹਾਂ ਨੂੰ ਬੰਦਾ ਗਲਤੀ ਦੇ ਸਪੱਜ ਬੰਦਾ ਨਾ ਗਲਤੀ ਦਾ ਪੁਤਲਾ ਤਾਂ ਆ ਪੁਤਲਾ ਹੀ ਆ ਤੇ ਗਲਤੀ ਹੋ ਜਾਂਦੀ ਮਾਫ ਕਰ ਤਾ ਮਹਾ ਪੁਤਲਾ ਇਹ ਗੱਲ ਸੁਣ ਹੀਰੇ ਵਰਗੀ ਤੇਰੀ ਘਰ ਵਾਲੀ ਹੈ ਕਿਹਨਾਂ ਦਾ ਬਹੁਤ ਹੀਰੇ ਵਰਗੀ ਨਹੀਂ ਹੈ ਇਹ ਤਾਂ ਪਰੀ ਆ ਹਾਂ ਪਰੀ ਦੇ ਆਹੋ ਤੇ ਉਹ ਕੀ ਹੈ ਫਿਰ ਜਿਹਦੇ ਨਾਲ ਫਿਰਦਾ ਉਹ ਕੀ ਜਾਨਣਾ ਮੈਂ ਉਹਦੇ ਨਾਲ ਹੁਣ ਤਾਂ ਬਾਤ ਮੰਨ ਲੈ ਮੈਂ ਤੁਹਾਨੂੰ ਦੱਸ ਦੇ ਗੱਲ ਚੰਗਾ ਜੇ ਨਾ ਜਾਂਦਾ ਇੱਕ ਮਿੰਟ ਭਾਈ ਚੁੱਪ ਕਰੋ ਮੈਂ ਤੁਹਾਨੂੰ ਦੱਸ ਗੱਲ ਜੇ ਇਹਨੇ ਮੈਨੂੰ ਦੁਬਾਰੇ ਕੋਈ 19 ਕਿ ਦੱਸਤੀ ਇਹ ਸਾਲਾ ਤੂੰ ਪਿੰਡ ਚੋਂ ਬਾਹਰ ਗਿਆ ਠੀਕ ਹੈ ਸਰਪੰਚ ਮੈਂ ਉਹਦੇ ਨਾਲ ਜਮਾਂ ਨਹੀਂ ਗੱਲਬਾਤ ਕਰਦਾ ਆ ਦੇਖ ਹੁਣ ਆਪ ਮੁੱਕਰ ਗਿਆ ਵੀ ਮੈਂ ਗੱਲਬਾਤ ਕਰਦਾ ਨਹੀਂ ਇਹਦਾ ਮਤਲਬ ਤੂੰ ਕੰਧਾ ਗੱਲ ਕਰਦਾ ਭਾਈ ਜੋ ਚੁੱਪ ਤਾਂ ਕਰ ਜੋ ਬਸ ਮੇਰਾ ਕਹਿਣ ਦਾ ਮਤਲਬ ਇਹ ਹੈ ਇਹਨੇ ਗੱਲ ਮੈਨੂੰ ਕਹੀ ਤੀ ਵੀ ਮੈਂ ਜਮਾਂ ਨਹੀਂ ਕਰਦਾ ਗੱਲ ਇਹਦੀ ਕਹਿਣ ਦੀ ਆ ਜੇ ਕੋਈ ਹੋਈ ਵੀ 19 ਕਿ ਕਹਿੰਦਾ ਨਹੀਂ ਕਰਦਾ ਵੇ ਜੇ ਹੋਈ ਤੁਸੀਂ ਦੱਸੋਗੇ ਤੁਹਾਨੂੰ ਪਤਾ ਤਾਂ ਫਿਰ ਵੀ ਲੱਗ ਜੂ ਜੇ ਹੁਣ ਪਤਾ ਲੱਗਿਆ ਫਿਰ ਨਹੀਂ ਪਤਾ ਲੱਗੂਗਾ ਮੈਂ ਨੀਂਦ ਹੁੰਦੀ ਆ ਤੂੰ ਸਿਆਣੀ ਪੈਣੀ ਆ ਭਾਈ ਗੱਲਾਂ ਸੋਹਣੀਆਂ ਲਾਦੇ ਪਿੰਡ ਚ ਤੂੰ ਦੇਖ ਸਮਝਦਾਰ ਬੰਦੇ ਹੋ ਕੱਲ ਲੋਕ ਕੀ ਕਹਿਣਗੇ ਲੋਕ ਦਾ ਤਮਾਸ਼ਾ ਬਣਾਉਂਦੇ ਲੋਕਾਂ ਨੇ ਤੇ ਸਰਪੰਚਾਂ ਨੇ ਲੋਕਾਂ ਸਾਹਮਣੇ ਤੇ ਮੇਰੀ ਨੱਕ ਵੜਾ ਤੇ ਜਲੂਸ ਕੱਢਿਆ ਤੇ ਪੂਰੇ ਬਾਜ਼ਾਰ ਚ ਮੈਂ ਮੇਰੇ ਪੁੱਤ ਹੁਣ ਬਸ ਵੀ ਕਰ ਉਹ ਤਾਂ ਗਲਤੀ ਮੰਨ ਗਿਆ ਬਸ ਹੁਣ ਚੁੱਪ ਕਰ ਜਾ ਕੋਈ ਨਹੀਂ ਰੋਈ ਤਾਂ ਕੁਝ ਨਹੀਂ ਬਣਦਾ ਕੋਈ ਗੱਲ ਨਹੀਂ ਜੇ ਹਜੇ ਵੀ ਜਾਣਾ ਉਹਦੇ ਕੋਲ ਹਜੇ ਵੀ ਦੇਖ ਲੈ ਹਜੇ ਸਰਪੰਚ ਇੱਥੇ ਹੀ ਆ ਤੈਨੂੰ ਛੱਡ ਕੇ ਕਿਵੇਂ ਬਾਗ ਜੂ ਐਡਾ ਵੱਡਾ ਘਰ ਕਿਵੇਂ ਖਰਾਬ ਹੋਊਗਾ ਐ ਕਿਵੇਂ ਛੱਡ ਕੇ ਬਾਗ ਜੂ ਕਿਵੇਂ ਬਾਗ ਜਾ ਉਹਦੇ ਕੋਲ ਐਵੇਂ ਨਹੀਂ ਉਹ ਕਰਦੇ ਹੁੰਦੇ ਤੂੰ ਸਿਆਣੀ ਬਿਆਣੀ ਕੋਈ ਗੱਲ ਨਹੀਂ ਜਿਹੜਾ ਕੁਝ ਹੋ ਗਿਆ ਹਾਂ ਮਿੱਟੀ ਪਾਓ ਆਹੋ ਚਲੋ ਭਾਈ ਤੁਸੀਂ ਵੀ ਆਦੇ ਕਰੇ ਜਾਓ ਹਾਂ ਭਾਈ ਹਾਂ ਜਾਓ ਜਾਓ ਕੋਈ ਗੱਲ ਨਹੀਂ ਚੱਲ ਠੀਕ ਆ ਕੋਈ ਨਾ ਇਹਨੇ ਰੋਲਾ ਪਾਈ ਚੱਕਾ ਚੰਗਾ ਚਾਚੀ ਲੈ ਆ ਬੁੱਤਾ ਉਰੇ ਕਰਾ ਬਸ ਬਸ ਸਰਪੰਚ ਹੱਥ ਉੱਠ ਨਾ ਮੈਂ ਮੇਰੇ ਹੱਥ ਨਾ ਲਾ ਦੇ ਹੱਥ ਨਾ ਲਾ ਦੇ ਮੇਰੇ ਨਾ 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 ਠੀਕ ਆ ਮੰਨ ਗਈ ਭਾਈ ਨਹੀਂ ਮੈਂ ਭਾਈ ਮੈਨੂੰ ਉਹਨਾਂ ਚੀਜ਼ ਕੀ ਨਹੀਂ ਨਾ ਬਸ ਠੀਕ ਆ ਸਰਪੰਚ ਪੈਰ ਮਰਾਤੇ ਅਸੀਂ ਮੰਨ ਗਏ ਠੀਕ ਆ ਹੱਥ ਉੱਤੇ ਨੂੰ ਕਦੇ ਅਗਰ ਦੂਰ ਰੱਖੀ ਜਦ ਤੱਕ ਮੇਰਾ ਸ਼ੱਕ ਨਹੀਂ ਨਿਕਲਦਾ अच्छा हां मैंनू पैरਾਂ ਤੇ ਹੱਥ ਨਹੀਂ ਲਾਉਣ ਦਿੰਦੀ ਤੂੰ ਹੱਥ ਫੜਾਉਂਦੀ ਆ ਗੱਲਾਂ ਕਰੀ ਜਾਨਾ ਸਰਪੰਚ ਬੜੀ ਚੱਤਰੀ ਚ ਰਹੀ ਤਾਈ ਤੇ ਕੀ ਕਹਿਣਾ ਉਹ ਤਾਂ ਕਹਿੰਦਾ ਕਹਿੰਦਾ ਕੋਈ ਗੱਲ ਨਹੀਂ ਮੈਂ ਤਾਂ ਬਚ ਕੇ ਰਹਿਣਾ ਤੂੰ ਹੀ ਤੂੰ ਤਾਂ ਸਮਝਦਾਰ ਆ ਮੁੰਡਾ ਚਲੋ ਭਾਈ ਕੋਈ ਗੱਲ ਨਹੀਂ ਗੱਲਾਂ ਵੱਡੀਆਂ ਹੋ ਜਾਂਦੀਆਂ ਹੁਣ ਹੁਣ ਨਾ ਤੂੰ ਬੋਲੀ ਦੇ ਬਾਰੇ ਜਿਹੜਾ ਕੁਝ ਹੋ ਗਿਆ ਠੀਕ ਆ ਜੇ ਤੈਨੂੰ ਕੋਈ ਗੱਲਬਾਤ ਲੱਗੀ ਚੁੱਪ ਕਰਕੇ ਮੈਨੂੰ ਫੋਨ ਲਾ ਦੇ ਇਹਨੂੰ ਮੈਂ ਕੱਢ ਕੇ ਜਾਉ ਪਿੰਡ ਚੋਂ ਤੂੰ ਤਾਂ ਘਰੋਂ ਕੱਢ ਮੈਂ ਪਿੰਡ ਚੋਂ ਕੱਢ ਕੇ ਜਾਉ ਪਿੰਡ ਜੋ ਕੱਢਣ ਦੀਆਂ ਗੱਲਾਂ ਕਰਦੇ ਮੈਂ ਨਾ ਦੋਵਾਂ ਦੇ ਟੋਟੇ ਟੋਟੇ ਕਰਦੂ ਤੁਸੀਂ ਗੱਲ ਕਿਹੜੀ ਕਰਤੀ ਉਹ ਟੋਟੇ ਭਾਈ ਗੱਲ ਤੇ ਵੱਡੇ ਵੱਡਾ ਤਾਂ ਹੋ ਜਾਂਦੀ ਜਦੋਂ ਹੋ ਗਈ ਹਵਾ ਗਈ ਗੱਲ ਨਿਬੜ ਗਈ ਨਾ ਮੈਂ ਅਗਲੀ ਗੱਲ ਦੀ ਗੱਲ ਕਰਦੀ ਹਾਂ ਜਿਹਨੇ ਇੱਕ ਵਾਰੀ ਕਰਤੀ ਕਰੂ ਉਹ ਦਵਾਰੂੰਗੀ ਐਂ ਕਿਵੇਂ ਦਵਾਰੇ ਕਰੂਗਾ ਨਿਡਰ ਲਾਦਾ ਵੱਡ ਕੇ ਦੋ ਚੰਨੀ ਬਣਾ ਦੂੰਗਾ ਐਂ ਕਿਵੇਂ ਕਰੂਗਾ ਨਹੀਂ ਹੁਣ ਨਹੀਂ ਕਰਦਾ ਮੈਂ ਤੁਹਾਨੂੰ ਗਲਤੀ ਅੱਖਾਂ ਦੇ ਪਰਦੇ ਹੀ ਪੈ ਗਿਆ ਸੀ ਮੇਰੇ ਤੇ ਆ ਦੇਖ ਭਾਈ ਮੰਨੀ ਜਾਂਦਾ ਨਾ ਆ ਗਲਤੀ ਤਾਂ ਮੰਨ ਗਿਆ ਪਰ ਮੇਰੇ ਕੋਲ ਹਲੇ ਐ ਨਹੀਂ ਕਹਿੰਦਾ ਵੀ ਹਾਂ ਮੈਂ ਗਰਮੀਤ ਨੂੰ ਕਮਾ ਕੇ ਲਿਆ ਚਾ ਭਾਈ ਥੇਰੀ ਗੱਲ ਸਹੀ ਹੈ ਤੂੰ ਕਹਦੇ ਭਾਈ ਮੈਂ ਕਮਾ ਕੇ ਲਿਆ ਇਹ ਗਾਹ ਤੋਂ ਹੀ ਕੰਮ ਨਹੀਂ ਕਰਦਾ ਲੈ ਨਹੀਂ ਕਮਾ ਕੇ ਕਹਿ ਦੇ ਹਾਂ ਇਹ ਝੂਠ ਥੋੜੀ ਮੈਂ ਨਹੀਂ ਕਮਾ ਕੇ ਚਾ ਮੈਂ ਤੂੰ ਵੜ ਦੂ ਕਿ ਉਹ ਚੁੱਪ ਚੁੱਪ ਨਿਬੜ ਗਿਆ ਕੰਮ ਚਲ ਠੀਕ ਆ ਨਿਬੜ ਗਿਆ ਚਲ ਤਾਂ ਠੀਕ ਆ ਠੀਕ ਹੈ ਸਰਪੰਚ ਭਾਈ ਮੈਂ ਸਮਝ ਗਿਆ ਸਿਆਣਾ ਬੰਦਾ ਦਾ ਸਿਆਣਾ ਸਮਝ ਜਾਂਦਾ ਨਾ ਚਲ ਇਹ ਕਹਿੰਦਾ ਕੋਈ ਗੱਲ ਫੇ ਜਿਹੜਾ ਹੋ ਗਿਆ ਚਲ ਪੱਚਾ ਇਹਨੂੰ ਭਲੇਖੇ ਚਾ ਮੈਨੂੰ ਸੀਗਾ ਚਲ ਕਹੂਏ ਮੈਂ ਫੇਰ ਵੀ ਗਲਤੀ ਮੰਨਦਾ ਸਿਆਣਾ ਕਹਿਣਾ ਜੇ ਕਰ ਚਲ ਸਭ ਠੀਕ ਆ ਠੰਡਾ ਠੰਡਾ ਮਗਾਵਾ ਨਾ ਨਾ ਕਾਹਦੀ ਲੋੜ ਨੇ ਭਾਈ ਮੈਨੂੰ ਠੰਡੇ ਦੀ ਲੋੜ ਨਹੀਂ ਤੂੰ ਆਪ ਹੀ ਠੰਡੀ ਰਹਿ ਬਸ ਇੰਨਾ ਬਹੁਤਾ ਠੀਕ ਆ ਕੋਈ ਨਾ ਸਰਪੰਚ ਸਾਹਿਬ ਤੇ ਮੈਨੂੰ ਪਤਾ ਨਾ ਮਾੜਾ ਜਿਹਾ ਕਿਤੇ ਗਰਮ ਹੋ ਗਈ ਮੈਨੂੰ ਪਤਾ ਫੇ ਗੱਲ ਵੱਧ ਜਾਂਦੀ ਹੋ ਟਿਕ ਗਈ ਗਾਹ ਨੂੰ ਤੁਸੀਂ ਜ਼ਿਆਦਾ ਧਿਆਨ ਰੱਖਿਓ ਠੀਕ ਆ ਧਿਆਨ ਹੀ ਹੈ ਜੀ ਮੇਰਾ ਧਿਆਨ ਹੀ ਇਸੇ ਤੇ ਹੁਣ ਕੋਈ ਚੱਕਰ ਹੀ ਨਹੀਂ ਮਹਾ ਭਾਈ ਇਸੇ ਤੇ ਵੀ ਨਾ ਰੱਖੋ ਕੱਲੇ ਭਾਈ ਘਰ ਬਾਰਤ ਵੀ ਰੱਖੋ ਸਾਰਾ ਧਿਆਨ ਇਹ ਤੇ ਲਾਤਾ ਫਿਰ ਕਬੀਲਦਾਰੀ ਵੀ ਛੋਟੀ ਫਿਰ ਵੀ ਮੰਦਨ ਮਾੜਾ ਸਮਝਣਾ ਚਾਹੀਦਾ ਠੀਕ ਹੈ ਆਹੋ
समान पाता सड़ी जनानी ने ना मैं कहा रुड़ जाने भी मेले च दस उथे की मंगेगा तू कहा लीड़ा कपड़ा लिया उ लिया दे तू चार आपा ने की लैना गा पर अपनी कड़ा कोई गलती है आप ही जो करता गा आप ही भरूगा आए तो उन्हें गल तो कोई ना कोई बोच ली होनी है आए तो वह बहुत हुशियार है चल आपा ने की लैना आने की कुट पी के पर आराम करा दो मिनट भाई सताल जी सही गल भाई मैं तो सोडे को आज भाई किवें जी खैर भी है तो खैर ही है भाई खैर तो होगा मैं तो थोड़ा ए कहता हाँ जी चल चेन्नई तो छोटा हो चल मैंने तो की लड़ा भाई सौ गल मैं थोड़ा ए कहना गा जनानी सू पता है सिपकली जी ओ बहुत भैड़ी है बहाना पा दी माड़ी माड़ी गल समझ लेना हूं जी मैं सुनू कहू तुम गलत बंदा कोई मनता हूं पर ध्यान रखे करो माड़ा जो तो मैं कुदरती हूं घरे नहीं बन दें नंगे मजाक कर गलती का मौका नहीं आऊगा चलो भाई गल चंगी पर जी गल कहने यही होनी चाहिए नहीं जी यही गल है जी हो चाह बना के देगी जी चाह बस चुप हो गई ध्यान रखे मैं अपने जे तेन बुला कहते भाई मैं बुलाया कर जो तेरा घर पट्टी देगा तू लेना देना की आज गल कह सकते हाँ जी हाँ जी कह देंगे जी क्यों तुम क्यों बंद नाम हो चंगे भले हाँ जी उही ता गल है जी तुम मैं दसी है ना अपनी कोई गल बात नहीं जी अपनी कोई गल बात नहीं फिर तुम क्यों बदनाम होने हाँ जी ता गल है बाकी सानू पता ही लगता है जी हुण बंदे दा आपां नू पता ही लग जांदा है ना ते मैनू सारी गल दा पता इत्थे पूरा पूरा गल दा पता मैनू असीं तां की कराउणा जी कराउणा है ओ तां बंदा उही कराउणा हुंदा जेड़ा किसे नाल ओ आपां नू तां की लोड़ भाई गल करन दी आहो भाउ ऐ तां मैं केरा सैन सैन दे भी कराउणा है मेथों मलंग भी फिर रंग रगे हुए लख दो लख गद्दे थली पाए हो मैं पता है कई घर कुड़ियां भी विआह करे मैं पता है पैसे थोड़े को बहुत आ गए पर ध्यान रखियो भाई कहते सियाना बंदा ना पिंड कद्दा बंदा ही होंदा जिदे तुसी आए हो ना साडे पिंड दा रंग भाग लगे पए है बहुत तरक्की कर ली साडे पिंड जिदे तुसी आए चलो कोई ना जी ऐ सानू गलती दा मौका नहीं आऊगा जी सानू तां आउंदा नहीं भाई जे तुसी जिहड़े हिसाब नाल चली जांदे हो जे हिसाब नाल तुसी चली गए मैनू लगदा साडे पिंड च पंज चार घर होर पट्टे जाणगे आ बात जाणगे सच्चा आपां नू की लोड़ आ भाई गल करन दी पर इक गल गाहां नू ध्यान रखियो तुसी जमा भी बिलकुल भी जे राज लंघदा गा देख के अंदर वड़ जाया करो क्यों तुसी माड़ा कहोणे जदों तुसी है नहीं ठीक है सही गल है ना बस इस गल दा ध्यान रखना गा चलो ठीक है भाई मैं हुण चल जांगा ठीक है ठीक है आज गल दा पूरा ध्यान रखो ठीक है जी लो जी सत श्री अकाल सारयां नूं ते तुसी हुण हुण साडी वीडियो देख के हटिया वीडियो बनाउंदा साडा इही मसला भाई अपना घर बचे आपां क्यों पड़दे आं जो अपने घरे परमात्मा ने दित्ता सारा कुछ हैगा ते फिर आपां नूं आपदा घर नहीं पुट्टना चाहीदा कहिंदी उड़िया के वजह हुण पिछे जिहा भज ते आ तुसी हुण देखिया ते आ अपने हुण की होयागा
ਆ ਚੰਨੀ ਨਾਲ ਕੀ ਹੋਇਆ ਸੀ ਆਪਾਂ ਤਾਂ ਸੁਣੀ ਹੀ ਅਰਦਾਸ ਕਰਦੇ ਜੀ ਜਦੋਂ ਆਪਾਂ ਵਿਆਹ ਕਰਾ ਲਿਆ ਆਪਾਂ ਨੂੰ ਆਪਦਾ ਬਣ ਕੇ ਰਹਿਣਾ ਚਾਹੀਦਾ ਕਿਸੇ ਬੰਨੀ ਨਹੀਂ ਧਿਆਨ ਦੇਣਾ ਚਾਹੀਦਾ ਜੇ ਆਪਾਂ ਕਿਸੇ ਬੰਨੀ ਧਿਆਨ ਦੇਵਾਂਗੇ ਨਾਲੇ ਤਾਂ ਆਪਦਾ ਘਰ ਪੱਟਿਆ ਜਾਂਦਾ ਗਾ ਨਾਲੇ ਉੱਧਰਲਾ ਘਰ ਪੱਟਿਆ ਦੋ ਦੋ ਘਰ ਪੱਟੇ ਜਾਂਦੇ ਆ ਇਹਨਾਂ ਗੱਲਾਂ ਦਾ ਧਿਆਨ ਰੱਖੇ ਕਰੋ ਨਾ ਚੰਨੀ ਤੁਸੀਂ ਕੂਵੀ ਬੋਲਦੇ ਕੁਛ ਜੇ ਸਾਡੀ ਵੀਡੀਓ ਵਧੀਆ ਲੱਗੀ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਸਬਸਕ੍ਰਾਈਬ ਤਾਂ ਕਰ ਹੀ ਲੈਣਾ ਸਾਡੇ ਚੈਨਲ ਨੂੰ ਤੇ ਕਿਵੇਂ ਦੀ ਲੱਗੀ ਵੀਡੀਓ ਹੁਣ ਤੁਸੀਂ ਕਮੈਂਟ ਚ ਕਰਕੇ ਜਰੂਰ ਦੱਸਣਾ ਠੀਕ ਹੈ ਜੀ ਅਸੀਂ ਪਹਿਲੀ ਵਾਰ ਵੀਡੀਓ ਬਣਾਈ ਹੈ ਇਹ ਜੀ ਕਮੈਂਟ ਹਾਂ ਕਮੇਡੀ ਵਾਲੀ ਤੇ ਜੇ ਤੁਹਾਨੂੰ ਕੋਈ ਇਹ ਜੀ ਚਾਹੀਦੀ ਅਸੀਂ ਦੁਬਾਰਾ ਹੀ ਬਣਾ ਦਿਆ ਕਰਾਂਗੇ ਅਗਲਾ ਭਾਗ ਲਿਆਵਾਂਗੇ ਤੁਸੀਂ ਕਹਿੰਦੇ ਫਿਰ ਭਾਗ ਲਿਆਵਾਂਗੇ ਤੁਸੀਂ ਸਾਨੂੰ ਦੱਸ ਦਿਓ ਤੇ ਚੈਨਲ ਦਾ ਤੁਹਾਨੂੰ ਪਤਾ ਹੀ ਆਪਣਾ ਚਾਨਾ ਬਾਣਿਆ ਲਈ ਤੇ ਚਾਨਾ ਸਰਪੰਚ ਤੇ ਆਪਣਾ ਚੰਨੀ ਜੀ ਦਾ ਵੀ ਤੁਹਾਨੂੰ ਪਤਾ ਹੀ ਕਿਹੜਾ ਚੈਨਲ ਆਗਾ ਚੰਨੀ ਬਾਣਿਆ ਲਈ ਤੇ ਸਾਰਿਆਂ ਧਿਆਨ ਰੱਖਿਆ ਕਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।